सतनाम श्री वाहे गुरु तर्म का जी हो तरम खंड का या धर्म कर्म खंड का आखो करम के पवन पाणी में संतर। केते कान महेश केते खान महे के बरमे रूप रंग के करम भूमि मेर केते केते तू उपदेश ਕਿਤੇ ਇੰਦ ਚੰਦ ਸੂਰ ਕیتے ਕਿਤੇ ਮੰਡਲ ਦੇ ਕਿਤੇ ਸਿੱਧੂ ਬੁੱਤ ਨਾਟ ਕیتے ਕਿਤੇ ਦੇਵੀ ਵੇਸ ਕਿਤੇ ਦੇਵਤਨ ਮੂਰ ਕیتے ਕਿਤੇ ਰਤਨ ਸਮੁੰਦ ਕਿਤਿਆਂ ਖਾਣੀ ਕਿਤਿਆਂ ਪਾਣੀ ਕੀਤੇ ਪਾਦਰਨ ਕਿਤਿਆਂ ਸੁਰਤੀ ਸੇਵਕ ਕیتے ਨਾਨਕ ਅੰਤ ਨਾਇਨ ਕੇਤੀਆਂ ਖਾਣੀ ਕੇਤੀਆਂ ਬਾਣੀ ਕਿਤੇ ਪਾਤਨ ਦਰਿਨ ਕੇਤੀਆਂ ਸੁਰਤੀ ਸੇਵਕ ਕਤੇ ਹੈ ਨਾਨਕ ਅੰਤ ਨਾਇੰਤੂ ਉਹ ਵਾਹਿਗੁਰੂ ਜੀ ਦਾ ਖੁਦਸਾ ਉਹ ਵਾਹਿਗੁਰੂ ਜੀ ਦੀ ਫਤਿਹ ਸਤਕਾਰਿਓ ਸਤਸੰਗੀਓ ਆਕਾਂ ਵਾਲਿਓ ਜੋ ਸਾਕਾਲ ਪੁਰਖ ਦੀ ਬਖਸ਼ੀ ਹੋਈ ਸਵਾਸਾਂ ਦੀ ਲੜੀ ਨੂੰ ਗੁਰੂ ਘਰ ਵਿੱਚ ਹਾਜ਼ਰ ਹੋ ਕੇ ਗੁਰੂ ਜਸ ਨੂੰ ਸ਼ਰਵਣ ਕਰਦੇ ਹੋ ਗੁਰੂ ਦੀਆਂ ਵਿਚਾਰਾਂ ਨਾਲ ਜੁੜਦੇ ਹੋ ਉਹਨਾਂ ਸਵਾਸਾਂ ਦੀ ਲੜੀ ਵਿੱਚੋਂ ਕੁਝ ਇੱਕ ਸਵਾਸਾਂ ਨੂੰ ਸਾਰਥਕ ਵੀ ਬਣਾਉਂਦੇ ਹੋ ਮਨੁੱਖ ਸੰਸਾਰ ਤੇ ਆਇਆ ਜਿਤਨੇ ਸਵਾਸਾਂ ਦੀ ਬਖਸ਼ਿਸ਼ ਉਸ ਪਰਮਾਤਮਾ ਨੇ ਅਕਾਲ ਪੁਰਖ ਨੇ ਕੀਤੀ ਉਹ ਉਸਨੇ ਸੰਸਾਰ ਵਿੱਚ گزارਣੀ ਹੈ ਹੁਣ ਇਹਨਾਂ ਸਵਾਸਾਂ ਨੂੰ گزارਣ ਲਈ ਉਹ ਖੁਦ ਮੁਖਤਿਆਰ ਆ ਆਜ਼ਾਦ ਹੈ ਕਿਵੇਂ ਤੱਕ ਇਸ ਤਰ੍ਹਾਂ گزارੇ ਇਸ ਤੇ ਕੋਈ پابੰਦੀ ਨਹੀਂ ਜਿਹੜੇ ਕੋਈ ਗੁਰੂ ਘਰ ਵਿੱਚ ਗੁਰੂ ਦੀ ਹਸਤਤ ਵਿੱਚ ਗੁਰੂ ਦੀ ਵਿਚਾਰ ਵਿੱਚ ਗੁਰੂ ਦੀ ਭੌਤ ਤੇ ਭਾਵਨੀ ਵਿੱਚ ਗੁਜ਼ਰ ਜਾਂ ਉਹਨਾਂ ਨੂੰ ਧਰਮੀ ਲੋਕ ਸਾਰਸਕ ਮੰਨਦੇ ਹਨ ਸਵਾਸਤੋ ਉਹ ਵੀ ਗੁਜ਼ਾਰ ਜਾਂਦੇ ਹਨ ਜਿਹੜੇ ਸੰਸਾਰ ਵਿੱਚ ਆਏ ਚਲੇ ਗਏ ਆਪੋ ਆਪਣੇ ਤਰੀਕੇ ਨਾਲ ਸੰਸਾਰ ਨੂੰ ਜਿੰਦੇ ਰਹੇ ਕੁਝ ਧਾਰਮਿਕ ਬਣ ਕੇ ਰਹੇਗੇ ਕੁਈ ਧਾਰਮਿਕ ਦਿਖਾਵੇ ਵਾਲੇ ਹੋ ਗਏ ਕੋਈ ਅੰਦਰੋਂ ਵੀ ਧਾਰਮਿਕ ਬਣੇ ਪਰ ਜਿਨ੍ਹਾਂ ਨੇ ਉਸ ਗੁਰੂ ਜੀ ਉਸ ਅਕਾਲ ਪੁਰਖ ਦੀ ਉਸਤਤੀ ਵਿੱਚ ਆਪਣੇ ਇਹਨਾਂ ਸਵਾਸਾਂ ਨੂੰ گزارਿਆ ਉਹਦੀ ਰਜ਼ਾ ਵਿੱਚ ਰਹੇ ਗਏ ਉਹਦੀ ਭਾਉ ਭਾਵਣੀ ਵਿੱਚ ਆਪਣੇ ਜ਼ਿੰਦਗੀ ਦੇ ਸਵਾਸ گزارੇ ਗੁਰਮਤ ਦਾ ਫਲਸਫਾ ਉਹਨਾਂ ਨੂੰ ਕਾਮਯਾਬ ਮਨੁੱਖ ਮੰਨਦਾ ਹੈ ਸਫਲ ਯਾਤਰਾ ਮੰਨਦਾ ਹੈ ਯਾਤਰਾ ਸਾਰਿਆਂ ਦੀ ਹੋ ਜਾਣੀ ਹੈ ਭਾਵੇਂ ਉਹ ਕਿਵੇਂ گزارੇ ਗੁਰਨਾਨਕ ਸਾਹਿਬ ਜੀ ਦੀ ਯਾਦ ਸੀਮ ਬਾਣੀ ਵਿੱਚੋਂ ਜਿਨ੍ਹਾਂ ਪੋੜੀਆਂ ਦੇ ਵਿਚਾਰ ਆਪ ਜੀ ਨਾਲ ਸਾਂਝੇ ਕਰਦੇ ਆਂ ਅੱਜ ਦੀ ਜੋ ਪਾਵਨ ਪੋੜੀ 35 ਨੰਬਰ ਹੈ ਗੁਰਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਚਾਰ ਪੋੜੀਆਂ ਸਾਨੂੰ ਬਖਸ਼ਿਸ਼ ਕੀਤੀਆਂ ਗੱਲ ਪੰਜਾਂ ਦੀ ਕੀਤੀ ਪੰਜ ਵਸਤਾਂ ਮਨੁੱਖ ਦੇ ਸ਼ਰੀਰ ਮਾਨਸਿਕ ਤੌਰ ਤੇ ਆਉਂਦੀਆਂ ਇਹਨਾਂ ਪੰਜਾਂ ਵਸਤਾਂ ਨੂੰ ਪੂਰਾ ਕਰਦਾ ਹੋਇਆ ਉਸ ਸਫਲ ਯਾਤਰਾ ਵਰਤਨਾ ਸ਼ੁਰੂ ਕਰਦਾ ਹੈ ਪਿਛਲੀ ਵਾਰ ਆਪ ਜੀ ਨਾਲ ਗੱਲ ਕੀਤੀ ਸੀ ਧਰਮ ਸਾਲ ਦੀ ਧਰਮ ਖੰਡ ਦੀ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਇਹ ਗੱਲ ਸਮਝਾਈ ਸਾਨੂੰ ਕਿ ਇਸ ਸੰਸਾਰ ਵਿੱਚ ਆ ਕੇ ਮਨੁੱਖ ਨੇ ਇਸ ਧਰਤੀ ਦੇ ਖੰਡ ਵਿੱਚ ਰਹਿੰਦੇ ਹੋਏ ਉਸ ਧਰਮ ਨੂੰ ਕਮਾਣਾ ਹੈ ਧਰਮ ਨੂੰ ਕਮਾਉਂਦੇ ਕਮਾਉਂਦੇ ਗਿਆਨ ਖੰਡ ਵੱਲ ਜਾਣਾ ਜੋ ਅਜ ਦੀ ਪੌੜੀ ਵਿੱਚ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਭਈ ਧਰਮ ਨੂੰ ਕਮਾਉਂਦੇ ਹੋਏ ਧਰਮ ਅਨੁਸਾਰੀ ਹੋ ਕੇ ਰਹਿਣਾ ਹੈ ਕਿਉਂਕਿ ਇਹ ਧਰਤੀ ਸਾਨੂੰ ਬਖਸ਼ਿਸ਼ ਕੀਤੀ ਇੱਥੇ ਕਿਤਨੇ ਹੀ ਕਿਸਮ ਦੇ ਜੀਵ ਅਲੱਗ-ਅਲੱਗ ਪਰਾਣੀ ਅਲੱਗ-ਅਲੱਗ ਬਨਸਪਤੀਆਂ ਅਲੱਗ-ਅਲੱਗ ਤਰੀਕਿਆਂ ਨਾਲ ਆਉਣ ਵਾਲੇ ਜੀਵ ਇਸ ਸੰਸਾਰ ਵਿੱਚ ਆਏ ਤੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਸਾਨੂੰ ਪਿਛਲੀ ਪੌੜੀ ਦੀ ਗੱਲ ਸਮਝਾਈ ਸੀ ਰਾਤੀ ਰੁੱਤੀ ਤਿਥੀ ਵਾਰ ਕਿਤਨੇ ਕਿਸਮ ਦੀਆਂ ਰੁੱਤਾਂ ਕਿਤਨੇ ਕਿਸਮ ਦੇ ਜੀਵ ਕਿਤਨੇ ਕਿਸਮ ਦੇ ਪਾਣੀ ਕਿਤਨੇ ਕਿਸਮ ਦੀਆਂ ਅੱਗਾਂ ਇਸ ਸੰਸਾਰ ਤੇ ਆਈਆਂ ਇਸ ਸੰਸਾਰ ਤੇ ਉਸ ਪ੍ਰਭੂ ਦੀ ਬਖਸ਼ਿਸ਼ ਹੈ ਇਹ ਸਾਰੀ ਹਮ ਇਹਨਾਂ ਜੀਵਨ ਲਈ ਲੋੜ ਹਨ ਇਹਨਾਂ ਜੀਵਨ ਦੀ ਜ਼ਿੰਦਗੀ ਇਸ ਤੋਂ ਬਿਨਾਂ ਨਹੀਂ ਹੈ ਇਸ ਸੰਸਾਰ ਵਿੱਚ ਰਹਿੰਦੇ ਹੋਏ ਮਨੁੱਖ ਨੇ ਇਸ ਧਰਤੀ ਤੇ ਰਹਿੰਦੇ ਹੋਏ ਇਸ ਧਰਮਸਾਲ ਵਿੱਚ ਰਹਿੰਦੇ ਹੋਏ ਇਸ ਖੰਡ ਵਿੱਚ ਰਹਿੰਦੇ ਹੋਏ ਇਸ ਧਰਮ ਨੂੰ ਕਮਾਉਣਾ ਹੈ ਕਿਸੇ ਨੇ ਸਿਖਾਈ ਹੋਣੀ ਹੈ ਗੱਲ ਕਿ ਇਸ ਧਰਤੀ ਤੋਂ ਬਿਗੋੜੇ ਹੋ ਜਾਓ ਆਪਣੇ ਫਰਜ਼ਾਂ ਤੋਂ ਮਨੁਕਰ ਹੋ ਜਾਓ ਪਰ ਗੁਰੂ ਨਾਨਕ ਦੇ ਫਲਸਫੇ ਨੇ ਗੱਲ ਨਹੀਂ ਸਮਝਾਈ ਫਿਰ ਧਰਮ ਨੂੰ ਕਮਾਂਦੇ ਕਮਾਂਦੇ ਹੋਣਾ ਕੀ ਹੈ ਕਿ ਸਾਡੀ ਦਿੱਖ ਉਸ ਧਰਮ ਅਨਸਾਰੀ ਹੋ ਜਾਣੀ ਹੈ ਸਾਡਾ ਖਾਣ ਪੀਣ ਧਰਮ ਅਨਸਾਰੀ ਹੋ ਜਾਣਾ ਹੈ ਸਾਡਾ ਪਹਿਨਾਵਾ ਧਰਮ ਅਨਸਾਰੀ ਹੋ ਜਾਣਾ ਹੈ ਅਸੀਂ ਧਰਮੀ ਲੱਗਣ ਨਹੀਂ ਲੱਗਣਾ ਧਰਮੀ ਹੋ ਜਾਣਾ ਹੈ ਦੋਨਾਂ 'ਚ ਬੜਾ ਫਰਕ ਹੈ ਧਰਮੀ ਦਿਖਣਾ ਤੇ ਧਰਮੀ ਹੋਣਾ ਇਹ ਦੋਨਾਂ 'ਚ ਬੜਾ ਅੰਤਰ ਹੈ ਅੱਜ ਦੌਰ ਲੱਗੀ ਹੋਈ ਹੈ ਨਾ ਧਰਮੀ ਦਿਖਣ ਦੀ ਹੈ ਨਾ ਅਸੀਂ ਬੜੀ ਜਲਦੀ ਲਿਖਾ ਵੀ ਖਾ ਜਾਂਦੇ ਆ ਕਿਸੇ ਦਾ ਪਹਿਨਾਵਾ ਦੇਖ ਕੇ ਕਿਸੇ ਦੀ ਸੂਰਤ ਦੇਖ ਕੇ ਕਿਸੇ ਦੇ ਚੰਗੇ ਬੋਲ ਦੇਖ ਕੇ ਜਿਹੜੇ ਸਾਨੂੰ ਚੰਗੇ ਲੱਗਦੇ ਹੋਣ ਸਾਨੂੰ ਲੱਗਦਾ ਹੈ ਕਿ ਬਿਲਕੁਲ ਧਰਮਨ ਸਾਰੇ ਜੀਵਨ ਗੁਜ਼ਾਰਦਾ ਹੋਣਾ ਹੈ ਪਰ ਗੁਰਨਾਨਕ ਦੇ ਫਰਸਫੇ ਨੇ ਇਸ ਨਾਲ ਸਹਿਮਤੀ ਨਹੀਂ ਪਕੜਾਈ ਇਸ ਤਰ੍ਹਾਂ ਆਪਣਾ ਕੰਪਰੋਮਾਈਜ਼ ਨਹੀਂ ਕੀਤਾ ਉਹਨੇ ਕਿਹਾ ਨਹੀਂ ਤੇਰੇ ਧਰਮ ਤੇਰੇ ਜੀਵਨ ਵਿੱਚੋਂ ਨਜ਼ਰ ਆਵੇ ਤੇਰੇ ਕੰਮ ਕਾਰ ਵੀ ਨਜ਼ਰ ਆਵੇ ਇਹ ਵਿਲੱਖਣਤਾ ਸੀ ਸਿੱਖ ਧਰਮ ਦੀ ਅਸੀਂ ਕਹਿੰਦੇ ਆ ਨਾ ਸਿੱਖ ਧਰਮ ਵੱਖਰਾ ਹੈ। ਪੈਸੇ ਧਰਮ ਬਾਕੀਆਂ ਕੋਲੋਂ ਨਵੱਖਲਾ ਹੈ। ਕਿਉਂ ਨਵੱਖਲਾ ਹੈ? ਕਿਉਂਕਿ ਇਸ ਦੇ ਅਸੂਲ, ਇਹਦੀ ਵਿਚਾਰਧਾਰਾ, ਇਹਦੀ ਜੀਵਨ ਸ਼ੈਲੀ ਬਾਕੀ ਲੋਕਾਂ ਨਾਲੋਂ ਨਵੱਖਲੀ ਹੈ। ਬਾਕੀ ਸੰਸਾਰ ਦੇ ਜਿਹੜੇ ਜੀਵ, ਬਾਕੀ ਜਿਹੜੇ ਇਸ ਮਨੁੱਖ ਵਸਦੇ ਆ ਉਹਨਾਂ ਕੋਲੋਂ ਸਿੱਖ ਦਾ ਜੀਵਨ ਵੱਖਰਾ ਹੈ। ਉਹ ਗੱਲ ਵੱਖਰੀ ਹੈ ਕਿ ਅੱਜ ਮੈਂ ਵੈਸੀ ਜਾ ਕੇ ਜਿਹੜੇ ਕਿਤੇ ਸਿੱਖ ਦੇ ਘਰ ਦੇਖੀਏ ਨਾ ਤੇ ਸਾਨੂੰ ਨਜ਼ਰ ਨਹੀਂ ਆਉਂਦਾ ਸਿੱਖ ਦਾ ਘਰ ਹੋਣਾ ਹੈ। ਕਈ ਵਾਰ ਤਾਂ ਐਸਾ ਵੀ ਬੀਤਿਆ ਸਾਡੇ ਨਾਲ ਕਿਸੇ ਦੇ ਕਰਗੇ ਅੱਜ ਕੱਲ ਦਾ ਇੱਕ ਰਿਵਾਜ ਸਾਰਿਆਂ ਸਮਾਜਾਂ ਵਿੱਚ ਆ ਗਿਆ ਹੈ ਤੇ ਸਾਨੂੰ ਜੋ ਕਿ ਅਸੀਂ ਸਿੱਖ ਸਮਾਜ ਨਾਲ ਚਿੰਤਤ ਰਹਿੰਦੇ ਆਂ ਸਾਨੂੰ ਇਸ ਗੱਲ ਦੀ ਬੜੀ ਫਿਕਰ ਵੀ ਰਹਿੰਦੀ ਹੈ ਪੰਜਾਬ ਵਿੱਚ ਅੱਜ ਕੱਲ ਤਾਂ ਜੰਮੂ ਕਸ਼ਮੀਰ ਵਿੱਚ ਵੀ ਸਾਡੇ ਚ ਹੋ ਗਿਆ ਹੈ ਤੇ ਕਿਸੇ ਦੇ ਘਰ ਜਾ ਕੇ ਤੁਸੀਂ ਉਹਦੇ ਬੱਚਿਆਂ ਨੂੰ ਦੇਖ ਕੇ ਗੱਲ ਨਹੀਂ ਪਛਾਣ ਸਕਦੇ ਕਿ ਸਿੱਖ ਦਾ ਘਰ ਹੋਏਗਾ ਕਿਸੇ ਬਜ਼ੁਰਗ ਦਾ ਫੋਟੋ ਦੇਖ ਲਈਏ ਕਿਸੇ ਬਜ਼ੁਰਗ ਨੂੰ ਦੇਖ ਲਈਏ ਤੇ ਮਹਿਸੂਸ ਹੁੰਦਾ ਯਾਰ ਇਸੇ ਕੋਣਗੇ ਉਹਨਾਂ ਦੇ ਕਿਰਦਾਰ ਤੋਂ ਉਹਨਾਂ ਦੀ ਸ਼ਕਲ ਤੋਂ ਤੁਸੀਂ ਕਦੀ ਵਿਆਹ ਸ਼ਾਦੀਆਂ ਵੀ ਚਲੇ ਜਾਓ ਅਗਰ ਚਾਰ ਪਕੜੀਆਂ ਵਾਲੇ ਉਥੇ ਲੋਕੀ ਨਾ ਹੋਣ ਤੇ ਤੁਸੀਂ ਨਹੀਂ ਪਛਾਣ ਸਕਦੇ ਕਿ ਸਿੱਖ ਦੀ ਸ਼ਾਦੀ ਹੋਣੀ ਹੈ ਸਿੱਖ ਦਾ ਅਨੰਦ ਕਾਰਜ ਹੋਣਾ ਹੈ ਇਹ ਨਹੀਂ ਕਿ ਸਾਡੇ ਸਮਾਜ ਵਿੱਚ ਨਹੀਂ ਆਇਆ ਤੁਹਾਡੇ ਪਰਿਵਾਰਾਂ ਵਿੱਚ ਨਹੀਂ ਆਇਆ ਸਾਰੇ ਪਰਿਵਾਰ ਅਸੀਸ ਨਾਲ ਇਸ ਬਿਮਾਰੀ ਨਾਲ ਗਸਤੋਏ ਪਏ ਆ ਪਰ ਗੁਰਨਾਮਿਕ ਸਾਹਿਬ ਜੀ ਨੇ ਸਾਨੂੰ ਕੀ ਗੱਲ ਦੱਸੀ ਪਈ ਧਰਮ ਖੰਡ ਦਾ ਇਹੋ ਧਰਮ ਭਾਈ ਧਰਮ ਖੰਡ ਚ ਰਹਿ ਕੇ ਤੂੰ ਕੀ ਕਰੀ ਧਰਮੀ ਬਣ ਜਾਈ ਧਰਮੀ ਹੋ ਜਾਈ ਧਰਮ ਨੂੰ ਕਮਾ ਲਈ ਧਰਮ ਨੂੰ ਕਮਾ ਕੇ ਕੀ ਕਰੇਗਾ ਤੇਰੀ ਦਿੱਖ ਧਰਮੀ ਹੋ ਜਾਏਗੀ ਤੇਰਾ ਰਹਿਣ ਸਹਿਣ ਧਰਮੀ ਹੋ ਜਾਏਗਾ ਤੇਰੇ ਕੰਮ ਵਿੱਚ ਧਰਮ ਨਜ਼ਰ ਆਏਗਾ ਪਿਛਲੇ ਦਿਨ ਹੀ ਅਸੀਂ ਗੁਰਨਾਨ ਦੇਵ ਜੀ ਦਾ ਘਰਪੂਰ ਮਨਾਇਆ ਨਾ ਤੁਸੀਂ ਵੀ ਮਨਾਇਆ ਹੋਣਾ ਇੱਥੇ ਗੁਰਨਾਨਕ ਦੇਵ ਜੀ ਦੇ ਉਸ ਨੌਕਰੀ ਦੇ ਕੰਮ ਵਿੱਚ ਮੋਦੀ ਖਾਣੇ ਦੇ ਕੰਮ ਵਿੱਚ ਧਰਮ ਨਜ਼ਰ ਆਇਆ ਭਾਈ ਬਗੀਰਤ ਨੂੰ ਪੈਂ ਗੇਵਟ ਹਮੇ ਤੇਰਾ ਇੰਤੇਰਾ 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 ਆਇ ਦੇਖ ਲਿਓ ਕਿ ਦੇਸੀ ਨੌਕਰੀ ਕਰਦੇ ਹੋਏ ਸਾਡੀ ਨੌਕਰੀ ਚ ਕਿਤੇ ਧਰਮ ਨਜ਼ਰ ਆਉਂਦਾ ਹੋਣਾ ਇਹ ਫਰਕ ਸੀ ਇੱਕ ਸਿੱਖ ਦੇ ਜੀਵਨ ਵਿੱਚ ਤੇ ਇੱਕ ਆਮ ਮਨੁੱਖ ਦੇ ਜੀਵਨ ਵਿੱਚ ਇਹ ਵੀ ਲਖਣਤਾ ਸੀ ਅੱਜ ਇਸ ਪਾਵਨ ਪੋੜੀ ਵਿੱਚ ਗੁਰਸਾਹਿਬ ਜੀ ਨੇ ਸਾਨੂੰ ਕੀ ਗੱਲ ਸਮਝਾਈ ਉਹ ਕਹਿੰਦਾ ਭਈ ਗਿਆਨ ਦੀ ਗੱਲ ਕਰਿਓ ਗਿਆਨ ਖੰਡ ਹੈ ਗਿਆਨ ਅਸਲ ਕਰੋ ਹੁਣ ਗਿਆਨ ਅਸਲ ਕਰਨ ਲਈ ਕੋਈ ਸੰਸਾਰ ਵਿੱਚ ਗਿਆਨ ਦੀਆਂ ਕਮੀਆਂ ਥੋੜੀਆਂ ਨਹੀਂ ਅਈ ਦੇਖ ਲੋ ਸਾਡੇ ਘਰਾਂ 'ਚ ਵੀ ਤੁਹਾਡੇ ਘਰਾਂ 'ਚ ਵੀ ਸੰਸਾਰ ਦੇ ਬਾਕੀ ਵਿਦਵਾਨਾਂ ਤੇ ਨਜ਼ਰ ਮਾਰ ਲਈਏ ਕੋਈ ਕਾਲਜਾਂ ਦੀ ਘਾਟ ਥੋੜੀ ਐ ਯੂਨੀਵਰਸਿਟੀਆਂ ਦੀ ਘਾਟ ਐ ਸਾਡੇ ਬੱਚੇ ਤਾਂ ਬਾਹਰ ਬਲੈਟਾਂ 'ਚ ਚਲੇ ਗਏ ਉਹਨਾਂ ਦੀਆਂ ਯੂਨੀਵਰਸਿਟੀਆਂ ਜਾ ਕੇ ਐਡਮਿਸ਼ਨ ਲੈ ਲਈ ਗਿਆਨ ਹਸਲ ਕਰਨ ਲੱਗ ਪਏ ਅਗਰ ਗਿਆਨ ਦੀ ਕਮੀ ਹੁੰਦੀ ਤਾਂ ਫਿਰ ਐਵੋਕ ਜਿਹੀਆਂ ਗੱਲਾਂ ਥੋੜੀ ਹੁੰਦੀਆਂ ਯੂਨੀਵਰਸਿਟੀਆਂ ਥੋੜੀ ਖੁੱਲ ਜਾਂਦੀਆਂ ਕਾਲੇ ਥੋੜੀ ਖੁੱਲ ਜਾਂਦੇ ਬੜੇ ਗਿਆਨ ਹੈ ਪਰ ਉਸ ਗਿਆਨ ਦੇ ਨਾਲ ਨਾਲ ਇੱਕ ਗੱਲ ਹੋਰ ਦੇਖਣ ਵਿੱਚ ਆਉਂਦੀ ਐ ਜਿਨਗ ਗਿਆਨ ਦੀ ਰੋਸ਼ਨੀ ਵਧੀ ਹੈ ਨਾ ਦੂਜੇ ਪਾਸੇ ਕ੍ਰਾਈਮ ਰੇਟ ਨੂੰ ਵੀ ਨਜ਼ਰ ਮਾਰ ਕੇ ਦੇਖ ਲਿਓ ਕ੍ਰਾਈਮ ਰੇਟ ਵੀ ਕਿੰਨਾ ਵਧ ਗਿਆ ਚਿੰਤਤ ਨੇ ਸਭ ਲੋਕੀ ਕਿਤਨੀਆਂ ਸਰਕਾਰ ਦੀਆਂ ਸ਼ਾਸਨ ਪ੍ਰਸ਼ਾਸਨ ਦੀਆਂ ਏਜੰਸੀਆਂ ਬਣ ਗਈਆਂ ਜਿਹੜੀਆਂ ਕ੍ਰਾਈਮ ਤੇ ਕੁੰਡਾ ਲਾਉਣ ਨੂੰ ਫਿਰਦੀਆਂ ਪਰ ਕ੍ਰਿਮੀਨਲ ਹੋ ਗਏ ਕ੍ਰਾਈਮ ਰੇਟ ਵੀ ਵਧ ਗਿਆ ਭਾਈ ਗਿਆਨ ਨੇ ਤੇ ਕ੍ਰਾਈਮ ਨੂੰ ਘਟਾਉਣਾ ਸੀ ਨਾ ਪਰ ਗਿਆਨ ਨੇ ਕ੍ਰਾਈਮ ਨੂੰ ਨਹੀਂ ਘਟਾਇਆ ਗਿਆਨ ਨੇ ਕ੍ਰਾਈਮ ਨੂੰ ਵਧਾ ਦਿੱਤਾ ਹੋਰ ਵੱਧ ਗਿਆ ਉਹ ਗਿਆਨ ਕਿਸ ਕੰਮ ਦਾ ਅਸੀਂ ਆਮ ਕਰਕੇ ਇੱਕ ਕਹਾਵਤ ਬੋਲਦੇ ਰਹਿੰਦੇ ਆ ਨਾ ਉਹ ਸੋਨਾ ਕਿਸ ਕੰਮ ਦਾ ਜਿਹੜਾ ਮੇਰੇ ਕੰਨਾਂ ਨੂੰ ਖਾ ਜਾਏ ਪੱਠ ਪਵੇ ਉਹ ਸੋਨਾ ਜਿਹੜਾ ਕੰਨਾਂ ਨੂੰ ਖਾਏ ਕਿਸ ਕੰਮ ਦਾ ਸੋਨਾ ਉਹ ਗਿਆਨ ਕਿਸ ਕੰਮ ਦਾ ਗੋਦਾਨਿਕ ਸਾਹਿਬ ਜੀ ਨੇ ਇਸ ਬੋੜੀ ਵੀ ਸਾਨੂੰ ਵੀ ਖਾਸ ਗੱਲ ਸਮਝਾਈ ਭਾਈ ਗਿਆਨ ਕਿਉਂ ਜਾ ਲੈਣਾ ਹੈ ਧਰਮ ਅਨੁਸਾਰੀ ਗਿਆਨ ਹੋ ਕੇ ਲੈਣਾ ਜਿਹੜਾ ਧਰਮੀ ਬਣ ਜਾਏਗਾ ਨਾ ਧਰਮ ਖੰਡ ਵਿੱਚ ਆ ਕੇ ਜਿਹੜੇ ਉਹ ਧਰਮ ਦੀ ਅਵਸਥਾ ਵਿੱਚ ਜਿਵੇਗਾ ਧਰਮਸਾਲ ਵਿੱਚ ਰਹੇਗਾ ਧਰਮ ਕਮਾਏਗਾ ਕਿ ਧਰਮੀ ਹੋ ਜਾਏਗਾ ਫਿਰ ਉਹ ਗਿਆਨ ਨੂੰ ਹਾਸਲ ਕਰਦਾ ਹੈ ਇਹ ਚਾਰੋਂ ਪੰਜੋਂ ਅਵਸਥਾਾਂ ਇਕੱਠੀਆਂ ਵੀ ਆ ਸਕਦੀਆਂ ਤੇ ਅਲੱਗ-ਅਲੱਗ ਵੀ ਆਉਂਦੀਆਂ ਬਦਲ ਹੋਈ ਜਾਂਦਾ ਪਰ ਜਿਸ ਵੇਲੇ ਉਹ ਧਰਮੀ ਹੋ ਕੇ ਰਹਿੰਦਾ ਹੈ ਤੇ ਗਿਆਨ ਨੂੰ ਕਮਾਉਂਦਾ ਹੈ ਗਿਆਨ ਵੱਲ ਜਾਂਦਾ ਹੈ ਗਿਆਨ ਖੰਡ ਵਿੱਚ ਆਂਦਾ ਹੈ ਤੇ ਫਿਰ ਉਹ ਧਰਮ ਅਨੁਸਾਰੀ ਗਿਆਨ ਨੂੰ ਪ੍ਰਾਪਤ ਕਰਦਾ ਹੈ ਇਹ ਫਰਕ ਹੈ ਇੱਕ ਗਿਆਨ ਹਾਸਲ ਕਰਨ ਵਿੱਚ ਇੱਕ ਧਰਮ ਅਨੁਸਾਰੀ ਗਿਆਨ ਹਾਸਲ ਕਰਨੀ ਦੋਨਾਂ ਵਿੱਚ ਫਰਕ ਹੈ ਜਿਸ ਨੇ ਧਰਮ ਅਨੁਸਾਰੀ ਗਿਆਨ ਹਾਸਲ ਕੀਤਾ ਹੋਵੇ ਉਹ ਮਨੁੱਖਤਾ ਦੀ ਪੜਾਈ ਕਰਦਾ ਹੈ ਉਹ ਮਨੁੱਖਤਾ ਦੇ ਭਲੇ ਲਈ ਕੰਮ ਕਰਦਾ ਹੈ ਮਨੁੱਖਤਾ ਦੇ ਭਲੇ ਲਈ ਗਿਆਨ ਨੂੰ ਵਰਤਦਾ ਹੈ ਤੇ ਜਿਸ ਨੇ ਮਨੁੱਖਤਾ ਨੂੰ ਛੱਡ ਕੇ ਖਾਲੀ ਗਿਆਨ ਵੱਲ ਤੋਰ ਪਿਆ ਗਿਆਨ ਦਾ ਚਾਨਣ ਤੇ ਬਣਾ আজকাল ਤੁਸੀਂ ਦੇਖੋ ਨਾ ਕਦੀ ਕਿਸੇ ਸ਼ਹਿਰ ਚਲੇ ਜਾਈਏ ਕਿਸੇ ਘਰ ਚਲੇ ਜਾਈਏ ਵਿਆਹ ਵਿੱਚ ਚਲੇ ਜਾਈਏ ਲੱਗਾ ਹੀ ਨਹੀਂ ਕਿ ਰਾਤ ਪੈ ਗਈ ਹੋਣੀ ਇਤਨਾ ਚਾਨਣ ਹੁੰਦਾ ਹੈ ਇਤਨੀਆਂ ਲਾਈਟਾਂ ਦਾ ਸਿਸਟਮ ਲੱਗਿਆ ਹੋਇਆ ਕਿਸੇ ਸ਼ਹਿਰਾਂ ਵਿੱਚ ਕਿ ਮਹਿਸੂਸ ਹੁੰਦਾ ਹੈ ਕਿ ਰਾਤ ਪਈ ਨਹੀਂ ਹੋਣੀ ਇਤਨਾ ਚਨ ਨੇ ਇਸ ਤਰ੍ਹਾਂ ਗਿਆਨ ਦਾ ਚਾਨਣ ਬੜਾ ਹੈ ਬੜੀ ਪੜ੍ਹਾਈ ਹੈ ਹਰ ਕਿਸਮ ਦੀ ਹਰ ਫੀਲਡ ਦੀ ਪੜ੍ਹਾਈ ਹੋਈ ਪਈ ਹੈ ਪਰ ਅਗਰ ਵਿੱਚ ਨਹੀਂ ਹੈ ਤੇ ਧਰਮ ਮਨਫੀ ਨਜ਼ਰ ਆਉਂਦਾ ਹੈ ਇਸ ਸੰਸਾਰ ਵਿੱਚ ਮਨੁੱਖ ਨੂੰ ਸਭ ਤੋਂ ਵੱਡਾ ਬਲਵਾਨ ਸਭ ਤੋਂ ਵੱਡਾ ਅਕਲਮੰਦ ਉਸ ਪਰਮਾਤਮਾ ਨੇ ਬਣਾਇਆ ਭਾਵੇਂ ਉਹ ਕਿਸੇ ਵੀ ਧਰਮ ਨੂੰ ਮੰਨਵਾ ਲਓਗੇ ਕਿਸੇ ਵੀ ਇੱਕ ਜਨ ਨਾਲ ਆਪਣਾ ਜੀਵਨ ਗੁਜ਼ਾਰਦਾ ਹੋਵੇ ਸਭ ਤੋਂ ਵੱਡਾ ਅਕਲਮੰਦ ਸਭ ਤੋਂ ਵੱਡਾ ਬਲਵਾਨ ਬਣਾਇਆ ਪੜਦੇ ਆ ਨਾ ਸੀ ਔਰ ਜੋਨ ਤੇਰੀ ਪਨਿਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ ਜਿਤਨੀਆਂ ਸੰਸਾਰ ਦੀਆਂ ਜੂਨਨ ਤੇਰੀ ਪਨਿਹਾਰੀ ਪਾਣੀ ਪਨਿਹਾਰੀ ਕਹਿੰਦੇ ਨੇ ਪਾਣੀ ਭਰਨ ਵਾਲੀ ਨੂੰ ਉਹਨਾਂ ਨੂੰ ਪਾਣੀ ਭਰਾ ਸਕਦਾ ਮਨੁੱਖ ਨੂੰ ਜਿੰਨੀ ਅਕਲ ਹੈ ਇਤਨੀ ਸਮਝ ਇਤਨਾ ਗਿਆਨ ਪਰਮਾਤਮਾ ਨੇ ਬਖਸ਼ਿਸ਼ ਕੀਤਿਆ ਕਿ ਇਤਨੇ ਗਿਆਨ ਨਾਲੋਂ ਵੱਡੇ ਕੋਲੋਂ ਵੱਡੇ ਜਾਨਵਰ ਨੂੰ ਵੱਡੇ ਕੋਲੋਂ ਵੱਡੇ ਜੀਵ ਨੂੰ ਆਪਣੇ ਬਸ ਵਿੱਚ ਕਰ ਸਕਦਾ ਦੇਖਦੇ ਆ ਅਸੀਂ ਹਾਥੀ ਨੂੰ ਕਿਤਨਾ ਵੱਡਾ ਬਲਵਾਨ ਜਾਨਵਰ ਹੁੰਦਾ ਤਾਕਤ ਕਰਕੇ शरीर ਕਰਕੇ ਕਿਤਨਾ ਵੱਡਾ ਹੁੰਦਾ ਪਰ ਮਨੁੱਖ ਦੇ ਗਿਆਨ ਨੇ ਇਸ ਨੂੰ ਕੀ ਕੀਤਾ ਇੱਕ ਕੁੰਡੇ ਨੇ ਮਹਾਵਤ ਦੇ ਕੁੰਡੇ ਨੂੰ ਆਪਣੇ ਕਬਜ਼ੇ ਹੀ ਲੈ ਲੈਂਦਾ ਉਹਦੇ ਅਨਸਾਰੀ ਹੋ ਕੇ ਚੱਲਦਾ ਇਹ ਗਿਆਨ ਦਾ ਕੰਮ ਸੀ ਤੁਸੀਂ ਦੇਖੋ ਕਿਤਨਾ ਵੱਡਾ ਖੁੰਖਾਰ ਜਾਨਵਰ ਸ਼ੇਰ ਦੇਖਦੇ ਹਾਂ ਅਸੀਂ ਬਸ ਰਿੰਗ ਮਾਸਟਰ ਦੇ ਛਾਂਟੇ ਦੇ ਹੁਕਮ ਹੁੰਦਾ ਹੈ ਇਹ ਗਿਆਨ ਨੇ ਕੀਤਾ ਇਤਨੋਂ ਵੱਡੇ ਵੱਡੇ ਖਤਰਨਾਕ ਜਾਨਵਰ ਤੁਸੀਂ ਕਦੇ ਡਿਸਕਵਰੀ ਚੈਨਲ ਖੋਲ ਕੇ ਦੇਖ ਲਓ ਮਨੁੱਖ ਨੇ ਆਪਣੇ ਵਾਸ ਵਿੱਚ ਕਰ ਲਏ ਗਿਆਨ ਨਾਲ ਕਰ ਲਏ ਆਵਰ ਜੋਂ ਤੇਰੀ ਪਨੇਹਾਰੀ ਇਸ ਧਰਤੀ 'ਤੇ ਤੇਰੀ ਸਿਕਦਾਰੀ ਤੂੰ ਚੌਧਰੀ ਐਥੇ ਦਾ ਪਰ ਮਨੁੱਖ ਨੇ ਕੀ ਕੀਤਾ ਉਸ ਆਪਣੇ ਗਿਆਨ ਨੂੰ ਧਰਮ ਅਨੁਸਾਰੀ ਅੱਗੇ ਨਹੀਂ ਵਰਤਿਆ ਤਾਂ ਇਹ ਤਾਂ ਗੁਰੂਾਨਕ ਸਾਹਿਬ ਜੀ ਨੇ ਅੱਜ ਦੀ ਸਪੋੜੀ ਸਾਨੂੰ ਇਹ ਗੱਲ ਬਖਸ਼ਿਸ਼ ਕੀਤੀ ਨਾ ਕਿਤਨੀਆਂ ਗੱਲਾਂ ਸਨ ਦਸੀਆਂ ਪਿਛਲੀ ਪੋੜੀ 'ਚ ਕੀ ਗੱਲ ਦੱਸੀ ਸੀ ਕਿਤਨੀਆਂ ਆਗਾਂ ਕਿਤਨੀਆਂ ਰੁੱਤਾਂ ਕਿਤਨੇ ਪਾਣੀ ਕਿਤਨਾ ਕੁਝ ਸੰਸਾਰ ਤੇ ਮਨੁੱਖਾਂ ਲਈ ਵਰਤਣ ਲਈ ਬਣਾਇਆ ਤੇ ਅੱਜ ਦੀ ਪੋੜੀ ਵੀ ਸਾਨੂੰ ਗੁਰੂ ਸਾਹਿਬ ਜੀ ਨੇ ਕੀ ਗੱਲ ਸਮਝਾਈਏ ਕੀਤਿਆਂ ਖਾਣੀ ਕੀਤਿਆਂ ਬਾਣੀ ਕਿਤੇ ਪਾਤਨਰਿੰਦ ਬਈ ਕਿਤਨੀਆਂ ਖਾਣੀਆਂ ਕਿਤਨੀਆਂ ਬਾਣੀਆਂ ਕਿਤਨੇ ਪਾਤਨਰਿੰਦ ਕਿਤਨੇ ਸੂਰ ਕਿਤਨੇ ਬਲਵਾਨ ਕਿਤਨੇ ਤਕੜੇ ਹੋਏ ਤੇ ਗੁਰੂਾਨੰਗ ਸਾਹਿਬ ਜੀ ਨੇ ਅੰਤਿਪੋੜੀ ਸਾਨੂੰ ਕੀ ਗੱਲ ਸਮਝਾਈ ਕਿਤੀਆਂ ਖਾਣੀਆਂ ਕਿਤੀਆਂ ਬਾਣੀਆਂ ਕਿਤੇ ਪਾਤਨਰਿੰਦ ਕਿਤੀਆਂ ਸੁਰਤੀ ਸੇਵਕ ਕਿਤੇ ਨਾਨਕ ਅੰਤਨਾਤ ਅੰਤ ਨਹੀਂ ਪਾ ਸਕਦੇ ਤੇਰਾ ਗਿਆਨ ਜਿੰਨਾ ਮਰਜੀ ਬਲਵਾਨ ਹੋ ਜਾਏ ਪਾਸ ਉਸ ਪ੍ਰਮਾਤਮਾ ਦੀਆਂ ਬਖਸ਼ਿਸ਼ਾਂ ਤੇਰੇ ਕੋਲ ਅੰਤ ਨਹੀਂ ਹੈ ਅਰੇ ਇਸ ਮਨ ਨੂੰ ਕਿਵੇਂ ਸਮਝਾਈਏ ਹੁਣ ਮਨ ਦੇ ਵਿੱਚ ਗਿਆਨ ਕਿਵੇਂ ਆ ਜਾਵੇ ਗੁਰਦਵਾਰ ਸਾਹਿਬ ਜੀ ਨੇ ਇਹਦਾ ਵੀ ਜਵਾਬ ਦਿੱਤਾ ਮਨ ਸਮਝਾਉਣ ਕਰਨੇ ਕੁਛ ਇੱਕ ਪੜ੍ਹੀਏ ਗਿਆਨ ਗਿਆਨ ਨੂੰ ਪੜਨਾ ਧਰਮ ਸਾਰੀ ਹੋ ਕੇ ਗਿਆਨ ਨੂੰ ਪੜਨਾ ਧਰਮ ਖੰਡ ਵਿੱਚ ਕਮਾਂਦੇ ਕਵਾਂਦੇ ਧਰਮ ਨੂੰ ਗਿਆਨ ਵੱਲ ਵਧਣਾ ਗਿਆਨ ਖੰਡ ਵਿੱਚ ਆਣਾ ਇਸ ਗਿਆਨ ਖੰਡ ਵਿੱਚ ਆ ਕੇ ਮਨੁੱਖ ਨੇ ਉਸ ਪਰਮਾਤਮਾ ਦੀ ਬਖਸ਼ਿਸ਼ ਦਾ ਪਾਤਰ ਬੰਨਣਾ ਤੇ ਇਹ ਗੱਲ ਸਮਝਣੀ ਹੈ ਇਸ ਗੱਲ ਦਾ ਪਾਤਰ ਬੰਨਣਾ ਕਿ ਉਸ ਪਰਮਾਤਮਾ ਨੇ ਮਨੁੱਖ ਨੂੰ ਕਿੰਨਾ ਕੁਝ ਬਖਸ਼ਿਸ਼ ਕੀਤਾ ਤੇ ਜਿਸ ਵੇਲੇ ਸਾਡੇ ਕੋਲੋ ਗਿਆਨ ਦੀ ਧਰਮ ਅਨਸਾਰੀ ਅਸੀਂ ਧਰਮ ਖੰਡ ਤੋਂ ਨਿਕਲ ਕੇ ਗਿਆਨ ਖੰਡ ਵਿੱਚ ਆਨੇ ਆ ਤੇ ਫਿਰ ਗੁਰੂਾਨੰਕ ਸਾਹਿਬ ਜੀ ਨੇ ਸਾਨੂੰ ਇਹ ਗੱਲ ਸਮਝਾਈ ਕਿ ਉਸ ਗਿਆਨ ਦੇ ਨਾਲ ਅਸੀਂ ਮੁਕਤਾ ਦੀ ਸੇਵਾ ਵੀ ਕਰਨ ਲੱਗ ਪਏ ਨੇ ਮੁਕਤਾ ਬਲ ਬੰਦੇ ਆ ਦੇਖੋ ਨਾ ਅਸੀਂ ਡਾਕਟਰ ਨੂੰ ਕਿਤਨਾ ਅੱਛਾ ਗਿਆਨਵਾਨ ਮੰਨਦੇ ਆ ਹੈ ਨਾ ਉਹਦੇ ਕੋਲ ਪਰਮਾਤਮਾ ਨੇ ਬਖਸ਼ਿਸ਼ ਕੀਤੀ ਸ਼ਫਾ ਬਖਸ਼ੀ ਦਵਾ ਬਖਸ਼ੀ ਕਿਸੇ ਦੀ ਜਾਨ ਬਚਾ ਸਕਦਾ ਹੈ ਆਪਰੇਸ਼ਨ ਕਰ ਸਕਦਾ ਹੈ ਠੀਕ ਕਰ ਸਕਦਾ ਹੈ ਪਰ ਉਹ ਕਰਦਾ ਕੀ ਹੈ ਇਤਨਾ ਬੜਾ ਗਿਆਨਮਾਨ ਹੋ ਕੇ ਸਮਾਜੀ ਗਿਆਨ ਹਾਸਲ ਕਰ ਲਿਆ ਤੇ ਕਿਸੇ ਦਾ ਆਪਰੇਸ਼ਨ ਕਰਨਾ ਹੈ ਤਾਂ ਵੀ ਕੀਤਾ ਨਹੀਂ ਕਰਨਾ ਤਾਂ ਵੀ ਕੀਤਾ ਟਾਂਕੇ ਟੋਕੇ ਲਾਇਸਟ ਚੀੜੇ ਪਰੇ ਕੀਤਾ ਅੱਜ ਦੇਖ ਲਓ ਪਿਛਲੇ ਦਿਨਾਂ ਦੀ ਇੱਕ ਰਿਪੋਰਟ ਆਈ ਸੀ ਕਿ 70% ਉਹ ਆਪਰੇਸ਼ਨ ਹੋਏ ਜਿਨ੍ਹਾਂ ਦੀ ਲੋੜ ਹੀ ਨਹੀਂ ਸੀ ਅੱਜ ਦੇਖ ਲਓ ਜਾਣਦੇ ਅਸੀਂ ਤੁਸੀਂ ਸਾਰੇ ਬਿਮਾਰ ਹੁੰਦੇ ਹੋਣੇ ਆ ਡਾਕਟਰਾਂ ਕੋਲ ਜਾਂਦੇ ਆ ਆਪਣੇ ਮਨ ਵਿੱਚ ਆ ਕੇ ਸੋਚਦੇ ਆ ਯਾਰ ਇਹ ਟੈਸਟ ਤੁਹਾਨੂੰ ਲੋੜ ਨਹੀਂ ਸੀ ਡਾਕਟਰ ਲਿਖ ਛੜੇ ਗਿਆਨ ਤੇ ਬੜਾ ਉਹ ਦੇਖੋ ਪੜਾਈ ਥੋੜੀ ਕਾਟੇ ਕੋਈ ਡਾਕਟਰ ਦੀ ਪੜਾਈ ਕਰਨੀ ਕੋਈ ਮੰਮੂਲੀ ਬਾਤ ਥੋੜੀ ਹੈ ਬੜਾ ਗਿਆਨਮਾਨ ਹੁੰਦਾ ਹੈ ਜ਼ਿੰਦਗੀ ਦੇ 5-6 ਸਾਲ ਗੁਜ਼ਾਰਦਾ ਹੈ ਫਿਰ ਪੜਦਾ ਹੈ ਔਰ 10 ਸਾਲ ਗੁਜ਼ਾਰ ਲੰਦਾ ਹੈ 10 ਸਾਲ ਗੁਜ਼ਾਰ ਕਰਕੇ ਸਾਇੰਸ ਦੀ ਮਾਈਟਰਾ ਹਾਸਲ ਕਰਦਾ ਹੈ ਬਾਹਰ ਆਂਦਾ ਹੈ ਆ ਕੇ ਮਨੁੱਖਤਾ ਦੀ ਸੇਵਾ ਵੀ ਲਗਣਾ ਚਾਹੀਦਾ ਹੈ ਰੋਜੀ ਰੋਟੀ ਤੇ ਪਰਮਾਤਮਾ ਨੇ ਦੇਣੀ ਹੈ ਉਹਦੇ ਅਨੁਸਾਰੀ ਹੋ ਕੇ ਰਹਿਣਾ ਸੀ ਪਰ ਨਹੀਂ ਕਰਦਾ ਕੀ ਕਰਦਾ ਆ ਕੇ ਜਿਹੜੇ ਟੈਸਟ ਮੈਨੂੰ ਲੋੜ ਐਨ ਉਹ ਵੀ ਲਿਖਦਾ ਜਿਹੜੇ ਨਹੀਂ ਲੋੜ ਉਹ ਵੀ ਲਿਖਦਾ ਅਈ ਦੇਖ ਲੋ ਸਾਰੇ ਅਸੀਂ ਇਸ ਗੱਲ ਨਾਲ ਚਿੰਤਤ ਹੁੰਦੇ ਆਂ ਕਿਸੇ ਵਕੀਲ ਕੋਲ ਚਲੇ ਜਾਂਦੇ ਆਂ ਵਕੀਲ ਵੀ ਬੜਾ ਗਿਆਨਮਾਨ ਹੁੰਦਾ ਹੈ ਪਰ ਕੀ ਕਰਦਾ ਸੱਚ ਨੂੰ ਝੂਠ ਬਣਾਉਂਦਾ ਹੈ ਤੇ ਝੂਠ ਨੂੰ ਸੱਚ ਬਣਾਉਂਦਾ ਹੈ ਗਿਆਨ ਬੜਾ ਹੈ ਉਹਦੇ ਕੋਲ ਪਰ ਧਰਮ ਅਨੁਸਾਰੀ ਗਿਆਨ ਨਹੀਂ ਜੇ ਧਰਮ ਅਨੁਸਾਰੀ ਗਿਆਨ ਹੁੰਦਾ ਤੇ ਇਹੋ ਜੀਆਂ ਹਾਲਤ ਸਮਾਜ ਵਿੱਚ ਪੈਦਾ ਨਾ ਹੁੰਦੀ ਪਰ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਜੋ ਬਖਸ਼ਿਸ਼ ਕਰਕੇ ਗੱਲ ਸਮਝਾਈ ਪੰਚਮ ਪਾਤਸ਼ਾਹ ਦਾ ਸੁਖਮਨੀ ਸਾਹਿਬ ਦਾ ਪਾਠ ਅਸੀਂ تقریبا ਸਾਰੇ ਕਰਾਚੀ ਕਰਦੇ ਹੁੰਦੇ ਹਾਂ ਨਾ ਬਹੁਤਿਆਂ ਨੂੰ ਯਾਦ ਵੀ ਹੁੰਦਾ ਹੈ ਬਹੁਤ ਸਾਰੀਆਂ ਸਬ ਸੋਸਾਇਟੀਆਂ ਸਾਡੀਆਂ ਬਣੀਆਂ ਹੁੰਦੀਆਂ ਜਿਹੜੀਆਂ ਸੁਖਮਨੀ ਸਾਹਿਬ ਦਾ ਬਹੁਤ ਸਾਰਾ ਪਾਠਕਦਾਰਿਆਂ ਵਿੱਚ ਕਰਦੀਆਂ ਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਦੇ ਵਿੱਚ ਇੱਕ ਸ਼ਲੋਕ ਬਖਸ਼ਿਸ਼ ਕੀਤਾ ਗਿਆਨ ਅੰਜਨ ਗੁਰ ਦਿਆ ਅੰਜਨ ਕਹਿੰਦੇ ਸੁਰਮੇ ਨੂੰ ਹੁਣ ਗਿਆਨ ਦਾ ਸੁਰਮਾ ਥੋੜੀ ਕੁਝ ਤਾਂ ਬਣਿਆ ਕਿ ਅੱਖੀਂ ਚ ਪਾਵਾਂਗੇ ਉਸ ਪਰਮਾਤਮਾ ਨੇ ਚਾਨਣ ਬਖਸ਼ਿਆ ਮੇਰੇ ਦਿਮਾਗ ਵਿੱਚ ਉਸ ਸੁਰਤ ਮੰਡਲ ਵਿੱਚ ਮੇਰੇ ਉਸ ਸੁਰਤ ਮੰਡਲ ਵਿੱਚ ਚਾਨਣ ਬਖਸ਼ਿਆ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਉਹ ਅਗਿਆਨਤਾ ਦਾ ਹਨੇਰਾ ਮੇਰੇ ਕੋਲੋਂ ਦੂਰ ਹੋ ਗਿਆ ਮੇਰੇ ਤੇ ਵਿਸ਼ਵਾਸ ਬਣ ਗਿਆ ਕਿ ਪ੍ਰਮਾਤਮਾ ਮੇਰੀ ਬੋੜੀ ਕਰਨ ਵਾਲਾ ਹੈ ਅਕਾਲ ਪੁਰਖ ਮੇਰੇ ਨਾਲ ਹੈ ਜਿਸ ਵੇਲੇ ਕਿਸੇ ਡਾਕਟਰ ਤੇ ਕਿਸੇ ਵਕੀਲ ਤੇ ਕਿਸੇ ਮਨੁੱਖ ਤੇ ਇਹੋ ਜੀ ਬਖਸ਼ਿਸ਼ ਬਣ ਜਾਵੇ ਕਿ ਯਾਰ ਰੋਜੀ ਰੋਟੀ ਤੇ ਮੇਰੀ ਪ੍ਰਮਾਤਮਾ ਦੇਣ ਵਾਲਾ ਹੈ ਮੈਨੂੰ ਬਖਸ਼ਿਸ਼ ਕਰਨ ਵਾਲਾ ਹੋਇਆ ਹੈ ਸੰਸਾਰ ਵਿੱਚ ਦੇਖ ਲਓ ਬੋਤਾ ਖਾ ਕੇ ਬੜੇ ਲੋਕ ਮਰੇ ਹੋਣੇ ਨੇ ਭੁੱਖੇ ਬੜੇ ਘਟ ਮਰੇ ਹੋਣੇ ਨੇ ਬੁੱਤੇ ਖਾਣ ਨਾਲ ਬਰੇ ਮਾਰਗੇ ਅਸੀਂ ਬੁੱਤੇ ਦੇਖਦੇ ਆ ਨਾਮ ਕਰਕੇ ਆਪਣੇ ਘਰਾਂ ਚੋਂ ਦੇਖ ਲਈਏ ਅਸੀਂ ਕਿਸੇ ਕੋ ਚਲੇ ਜਾਈਏ ਕਿਸੇ ਵਿਆਹ ਸ਼ਾਦੀ ਵਿੱਚ ਤੇ ਮੋਟਕਾ ਬੁੱਤੇ ਖਾ ਕੇ ਅਸੀਂ ਬਿਮਾਰ ਹੋ ਗਏ ਹੋਈਏ ਘਟ ਖਾ ਕੇ ਨਹੀਂ ਬਿਮਾਰ ਹੋਏ ਉਹਤੇ ਖਾ ਕੇ ਬਿਮਾਰ ਹੋ ਜਾਂਦੇ ਆ ਕਿਉਂਕਿ ਸਾਡਾ ਮਨ ਲਾਲਚੀ ਹੋ ਜਾਂਦਾ ਜਿਹੜੀ ਚੀਜ਼ ਖਾਣੀ ਹੈ ਉਹ ਵੀ ਖਾਣਦੇ ਜਿਹੜੀ ਨਹੀਂ ਖਾਣੀ ਉਹ ਵੀ ਖਾ ਲੈਂਦੇ ਆ ਬਹੁਤ ਸਾਰੀਆਂ ਖਾਂਦੇ ਆ ਅੱਜ ਕੱਲ ਸਾਡੇ ਵਿਆਹ ਵਿਯੋਜ ਹੀ ਹੋ ਗਏ ਜਣ ਜਿੱਥੇ ਭਾਵੇਂ ਬਿਮਾਰ ਹੋਣ ਦੀ ਭਾਵੇਂ ਅਸੀਂ ਫੈਕਟਰੀ ਖੋਲ੍ਹ ਲਈਏ ਉੱਥੇ ਦੇਖ ਲਓ ਹੈ ਸਾਰੇ ਘਰਾਂ ਦੀ ਸਮਾਜਾਂ ਦੀ ਇਹੋ ਜੀ ਹਾਲਤ ਹੈ ਪਰ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕਰਕੇ ਕੀ ਗੱਲ ਸਮਝਾਈ ਗਿਆਨ ਅਨੰਦ ਗੁਰ ਦੀਆ ਅਗਿਆਨ ਅੰਧੇਰਾ ਬਿਨਾਸ ਉਹ ਅਗਿਆਨਤਾ ਦਾ ਅੰਧੇਰਾ ਸਾਡੇ ਛਤਮ ਹੋ ਜਾਏਗਾ ਆਮ ਸਮਾਜ ਵੀ ਜਿੰਨੇ ਅਸੀਂ ਵਿਆਹ ਦੀ ਗੱਲ ਕੀਤੀ ਜਾਵਾਂਗੇ ਦੇਖਾਂਗੇ ਯਾਰ ਮੈਨੂੰ ਉਹ ਚੀਜ਼ ਲੋੜ ਨਹੀਂ ਅਸੀਂ ਕਿੰਨੀਆਂ ਚੀਜ਼ਾਂ ਆਪਣੇ ਘਰ ਵਿੱਚੋਂ ਖਾਂਦੇ ਹੋਣੀਆਂ ਜਿਹੜੀ ਜਾ ਕੇ ਵਿਆਹ ਵਿੱਚ ਖਾਂਦੇ ਹੋਣੇ ਖਾਂਦੇ ਹੋਣੇ ਕਦੀ ਕਦੀ ਨਹੀਂ ਖਾਂਦੇ ਹੋਣੇ ਪਰ ਉਸੇ ਜਾ ਕੇ ਖਾ ਲੈਂਦੇ ਆ ਕਿਉਂਕਿ ਸਾਡੇ ਵਿੱਚ ਉਹ ਗਿਆਨ ਵਾਲੀ ਗੱਲ ਨਹੀਂ ਆ ਅਗਿਆਨਤਾ ਅੰਧੇਰਾ ਦੂਰ ਨਹੀਂ ਹੋਇਆ ਅਗਿਆਨਤਾ ਅੰਦਰ ਸਾਡੇ ਅੰਦਰ ਹੀ ਰਹਿ ਗਿਆ ਫਾੜਾ ਮਨ ਲਾਲਚੀ ਹੋ ਜਾਂਦਾ ਉਸ ਮਨ ਲਾਲਚ ਨੇ ਤੇ ਸਾਨੂੰ ਕੀ ਕਰਤਾ ਸਾਡੀ ਗਿਆਨ ਦੀ વૃਤੀ ਦੁਰ ਪਰੇ ਕਰਦੀ ਧਰਮ ਦੀ વૃਤੀ ਪਰੇ ਕਰ ਦਿੰਦੀ ਅਸੀਂ ਸੰਸਾਰੀ ਜੀਵ ਹੋ ਕੇ ਜੀਣ ਲੱਗ ਗਏ ਗੁਰੂ ਕੇ ਸਿੱਖ ਲਈ ਗੁਰੂ ਨਾਨਕ ਦੇਵ ਸਿੱਖ ਲਈ ਇਹ ਬੰਦਸ਼ ਸੀ ਕਿ ਉਹਨੇ ਸੰਸਾਰ ਵਿੱਚ ਰਹਿੰਦੇ ਹੋਇਆ ਗੁਰੂ ਅਨਸਾਰੀ ਹੋ ਕੇ ਜੀਵਨ ਗੁਜ਼ਾਰਨਾ ਹੈ ਇਹ ਬੰਦਸ਼ ਹੈ ਸਿੱਖ ਤੇ ਭਾਵੇਂ ਕਿਸੇ ਧਰਮ ਦੇ ਮੰਨ ਵਾਲੇ ਤੇ ਹੋਵੇ ਜਾਂ ਨਾ ਹੋਵੇ ਲੇਕਿਨ ਗੁਰੂ ਕੇ ਸਿੱਖ ਤੇ ਬੰਦੇਸ਼ ਹੈ ਇਹ ਪਵੰਦੀ ਹੈ ਕਿ ਉਸਨੇ ਜੀਵਨ ਵਿੱਚ ਰਹਿੰਦੇ ਹੋਆ ਉਹਦੇ ਜੀਵਨ ਵਿੱਚੋਂ ਧਰਮ ਦੀ ਖੁਸ਼ਬੂ ਆਣੀ ਚਾਹੀਦੀ ਹੈ ਇਹ ਗੁਰੂ ਕੇ ਸਿੱਖ ਤੇ ਬੰਦੇਸ਼ ਹੁਣ ਅਸੀਂ ਆਪਣੇ ਆਪ ਨੂੰ ਅੰਦਰ ਛਾਤੀ ਮਾਰ ਕੇ ਦੇਖ ਲਈਏ ਮੈਂ ਭਾਵੇਂ ਕਿੰਨੀਆਂ ਗੱਲਾਂ ਕਰਨੀਆਂ ਜਾਂਦਾ ਹਾਂ ਪਰ ਜਿਹੜੇ ਕੋਈ ਚਾਰ ਦਿਨਾਂ ਆ ਕੇ ਮੇਰੇ ਨਾਲ ਰਹਿੰਦਾ ਹੈ ਨਾ ਮੈਨੂੰ ਵਰਤਮਾਹਾਰ ਕਰਦਾ ਹੈ ਤੇ ਕਹਿੰਦਾ ਯਾਰ ਗੱਲਾਂ ਸਰਦਾਰ ਜੀ ਬੜੀਆਂ ਕਰਦੇ ਨੇ ਪਰ ਗਿਆਨ ਅੰਦਰ ਐ ਨਹੀਂ ਧਰਮ ਐ ਨਹੀਂ ਮੈਂ ਕੋਈ ਮੈਨੂੰ ਦੂਜਾ ਕਹੇ ਕਿ ਵਾਕਈ ਏ ਧਰਮ ਅਨਸਾਰੀ ਐ ਮੈਂ ਤੇ ਆਪਣੇ ਆਪ ਹੀ ਧਰਮੀ ਬਣ ਕੇ ਹੀ ਫਿਰਦਾ ਅੱਜ ਅਸੀਂ ਧਰਮ ਦਾ ਪੈਮਾਨਾ ਕੀ ਬਣਾ ਲਿਆ ਅਸੀਂ ਸਵੇਰੇ ਨਿਤਨੇਮ ਦਾ ਪਾਠ ਕਰ ਲਿਆ ਸਵੇਰੇ ਗੁਰਦੁਆਰੇ ਆ ਗਏ ਸ਼ਾਮੀ ਗੁਰਦੁਆਰੇ ਆ ਗਏ ਬਾਹਰੋਂ ਬੜੇ ਮਿਠ ਬੋਲਣੇ ਲੱਗਦੇ ਆ ਪਰ ਸ਼ਾਕ ਵੀ ਉਹ ਜੀ ਪਾ ਲੈਂਦੇ ਆ ਜਿਹੜੀ ਸਾਨੂੰ ਐਕਸੈਪਟ ਹੁੰਦੀ ਐ ਕਿ ਵਾਕਈ ਧਰਮ ਅਨਸਾਰੀ ਹੋਣੀ ਐ ਪਰ ਮੇਰੇ ਕਰਮ ਵਿੱਚ ਧਰਮ ਨਹੀਂ ਆਇਆ ਜਦ ਤੱਕ ਮੇਰੇ ਕਰਮ ਵਿੱਚ ਧਰਮ ਨਹੀਂ ਆਇਆ ਤੇ ਫਿਰ ਕੀ ਹੁੰਦਾ ਮੈਂ ਧਰਮ ਅਨਸਾਰੀ ਹੋ ਕੇ ਉਹ ਗਿਆਨ ਅਕਾਰਪਕ ਦਾ ਗਿਆਨ ਅਸਲ ਨਹੀਂ ਕੀਤਾ ਗੁਰਗੰਦ ਸਾਹਿਬ ਦੀ ਸਮੂਚੀ ਬਾਣੀ ਇਸ ਗੱਲ ਦੀ ਸਾਨੂੰ ਪ੍ਰੇਰਨਾ ਦਿੰਦੀ ਹੈ ਕਿ ਭਾਈ ਬਾਣੀ ਅਨਸਾਰੀ ਹੋ ਕੇ ਜੀਵਨ ਨੂੰ ਗੁਜ਼ਾਰੇਓ ਬਾਣੀ ਅਨਸਾਰੀ ਹੋ ਕੇ ਰਹੇਓ ਤਾਂ ਤੁਹਾਡੇ ਅੰਦਰੋਂ ਕੂੜ ਦੀ ਪਾਲ ਨਿਕਲੇਗੀ ਕਿੰਸ ਚਿਹਾਰਾ ਹੋਈਏ ਜਪੁਜੀ ਸਾਹਿਬ ਜੀ ਦੇ ਮੂਲ ਭਾਵ ਵਿਚ ਕੀ ਅੱਖੀਆਂ ਆਖਦੇ ਆ ਕਿੰਸ ਚਿਹਾਰਾ ਹੋਈਏ ਕਿੰ ਕੂੜੇ ਟੁੱਟੇ ਪਾਲ ਭਾਈ ਕਿਵੇਂ ਟੁੱਟੇਗੀ ਸਾਡੇ ਜੋ ਕੂੜ ਦੀ ਕੰਧ ਕਿਵੇਂ ਟੁੱਟੇਗੀ ਕਿਹੜਾ ਤ੍ਰਿਕੋ ਵਰਤੀ ਸੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਅਗਲੇ ਹੀ ਸ਼ਬਦ ਵੀ ਸਾਨੂੰ ਪੰਕਤੀ ਵਿੱਚ ਜਵਾਬ ਦਿੱਤਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਅਸੀਂ ਕਿੰਨੇ ਹੁਕਮ ਅਨਸਾਰੀ ਹੋ ਕੇ ਚੱਲਦੇ ਹੋਵਾਂਗੇ ਇਹ ਸਾਨੂੰ ਸੋਚਣ ਦਾ ਆਪਣੇ ਆਪ ਤੇ ਵਿਸ਼ਾ ਹੈ ਕਿੰਨੇ ਉਸ ਧਰਮ ਅਨਸਾਰੀ ਹੋ ਕੇ ਜੀਵਨ ਗੁਜ਼ਾਰਦੇ ਹੋਵਾਂਗੇ ਪਰ ਦੇਖੋ ਹੁੰਦਾ ਕੀ ਹੈ ਕਿ ਸੰਸਾਰ ਵਿੱਚ ਸਾਰੀਆਂ ਗੱਲਾਂ ਨੂੰ ਸਮਝਦੇ ਆ ਕਰਦੇ ਹੋਇਆ ਅਸੀਂ ਇਹ ਗੱਲ ਦੇਖਦੇ ਹਾਂ ਕਿ ਸੰਸਾਰ ਵਿੱਚ ਰਹਿੰਦੇ ਹੋਇਆ ਮਨੁੱਖ ਇਸ ਜੀਵਨ ਨੂੰ گزارਦੇ ਹੋਏ ਆ ਮਨੁੱਖ ਕੀ ਕਰਦਾ ਹੈ ਇਸ ਗੱਲ ਦੀ ਸਮਝ ਉਸ ਨੂੰ ਹੈ ਇਹ ਨਹੀਂ ਕਿ ਸਮਝ ਨਹੀਂ ਹੈ ਸਮਝ ਆ ਉਸ ਨੂੰ ਕਿ ਸੰਸਾਰ ਵਿੱਚ ਰਹਿ ਕੇ ਹਰ ਚੀਜ਼ ਦਿਨੋਂ ਦਿਨ ਘਟਦੀ ਹੈ ਘਟਦੀ ਹੈ ਹਰ ਚੀਜ਼ ਚਲਾਈ ਮਾਨ ਹੈ ਸਥਿਰ ਕੋਈ ਚੀਜ਼ ਨਹੀਂ ਕੋਈ ਜਦ ਪਹਿਲਾਂ ਇਹ ਗੱਲ ਕਹਿੰਦਾ ਹੁੰਦਾ ਸੀ ਸਾਇੰਸ ਕਿ ਭਾਈ ਸੂਰਜ ਦੀ ਚਾਲ ਖੜੀ ਹੈ ਉਹ ਕਿਤੇ ਚਲਦਾ ਫਿਰਦਾ ਪਹਿਲੇ ਕਿਸੇ ਨੇ ਕਹਿਤਾ ਭਾਈ ਧਰਤੀ ਖੜੀ ਹੈ ਚਲੋ ਗੱਲ ਵੱਖਰੀ ਸੀ ਪਰ ਹੁਣ ਸਾਇੰਸ ਦੇ ਪੈਮਾਨੇ ਦਿਨੋਂ ਦਿਨ ਬਦਲਦੇ ਰਹਿੰਦੇ ਨੇ। ਕਈ ਵਾਰੀ ਸਾਡੇ ਜੋ ਵਿਦਵਾਨ ਲੋਕ ਹੁੰਦੇ ਆਂ ਅਸੀਂ ਆਸੀ ਕਹਿੰਦੇ ਹੁੰਦੇ ਆਂ ਖਾਸ ਕਰਕੇ ਅੱਜ ਦਾ ਜਿਹੜਾ ਨੌਜਵਾਨ ਤੱਕ ਹੈ ਉਹ ਇਸ ਗੱਲ ਦੀ ਬੜੀ ਵਕਾਲਤ ਕਰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਸੀਂ ਸਾਇੰਸ ਦੀ ਕਿਸਮਟੀ ਤੇ ਲਾ ਕੇ ਦਿਖਦੇ ਆਂ। ਇਹ ਗੱਲ ਸਮਝ ਬੈੰਨੇ ਆਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਇੰਸ ਦੇ ਅਧੀਨ ਹੋਣੀ ਹੈ। ਬਲਕਿ ਗੱਲ ਉਲਟ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਧੀਨ ਸਾਇੰਸ ਹੈ। ਅਸੀਂ ਉਲਟ ਕਰ ਲਿਆ ਵਾ ਅੱਜ ਅਸੀਂ ਹਰ ਗੱਲ ਕਿਸੇ ਬੱਚੇ ਨੂੰ ਕਹਿੰਦੇ ਆ ਬਹੁਤ سارے ਸੈਮੀਨਾਰ ਕਰਦੇ ਆ ਉੱਥੇ ਗੱਲ ਤੋਂ ਵੱਡੀ ਆਂਦੀ ਏ ਸਾਇੰਸ ਨੂੰ ਸਾਰੀ ਠੀਕ ਨਹੀਂ ਐ ਸਾਇੰਸ ਦੀਆਂ ਮੰਤਾਵਾਂ ਬਦਲਦੀਆਂ ਰਹਿੰਦੀਆਂ ਸਾਇੰਸ ਦੀਆਂ ਮੰਤਾਵਾਂ ਕਦੇ ਵੀ ਇੱਕ ਸਥਿਰ ਨਹੀਂ ਹੁੰਦੀਆਂ ਕਿਉਂਕਿ ਅੱਜ ਸਾਇੰਸਦਾਨ ਨੇ ਕੁਝ ਦੇਖਿਆ ਕੱਲ ਕਿਸੇ ਹੋਰ ਨੇ ਕੁਝ ਦੇਖਿਆ ਉਹਨੇ ਕੁਝ ਕਹਿਤਾ ਪਰ ਗੁਰੂ ਨਾਨਕ ਸਾਹਿਬ ਜੀ ਦੀ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਇਹ ਫਰਮਾਨ ਹੈ ਹੇ ਹਮੇਸ਼ਾ ਸਥਿਰ ਤੁਸੀਂ ਦੇਖ ਲਓ ਕੁਝ ਇੱਕ ਦਿਨ ਪਹਿਲਾਂ ਅਸੀਂ ਦੰਦ ਕਢਾਣ ਜਾਂਦੇ ਹੁੰਦੇ ਸੀ ਤੇ ਸਾਨੂੰ ਸਾਇੰਸ ਦਾ ਡਾਕਟਰ ਕਹਿੰਦਾ ਸੀ ਜੀ ਗਰਮ ਚੀਜ਼ ਖਾ ਲਿਓ ਆਨ ਗਰਮ ਖਾਇਆ ਕਰੋ ਜੀ ਕਰਗੂਚੀ ਗਰਮ ਪਾਣੀ ਦੀ ਕਰ ਲਿਓ ਘਰ ਜਾ ਕੇ ਕੜਾ ਖਾ ਲਿਓ ਮੈਂ ਵੀ ਆਪਣੇ ਜੀਵਨ ਵੀ ਦੇਖਿਆ ਹੋਇਆ ਮੇਰੇ ਤੋਂ ਵੱਡੀ ਪੀੜ੍ਹੀ ਦੇ ਲੋਕਾਂ ਨੇ ਬੜਾ ਕੁਝ ਦੇਖਿਆ ਹੋਣਾ ਤੇ ਅੱਜ ਥੋੜੇ ਦਿਨ ਬੀਤਿਆ ਤੇ ਸਾਇੰਸ ਨੇ ਆਪਣੀ ਮੰਤਵ ਬਦਲ ਲਈ ਬਿਲਕੁਲ ਉਲਟ ਕਰ ਲਈ ਕਹਿੰਦਾ ਨਹੀਂ ਜੀ ਹੁਣ ਆਈਸਕ੍ਰੀਮ ਖਾਇਓ ਘਰ ਜਾ ਕੇ ਹੁਣ ਸਾਇੰਸ ਦੀ ਮੰਤਵ ਉਸ ਵੇਲੇ ਉਸ ਵਕਤ ਦੀ ਠੀਕ ਸੀ ਅੱਜ ਕਦੂਜੇ ਵਕਤ ਦੀ ਠੀਕ ਲੱਗਦੀ ਹੈ ਕਹਣਾ ਬਾਣੀ ਅਨੁਸਾਰ ਸਾਇੰਸ ਨੂੰ ਦੇਖਣਾ ਹੈ ਤੇ ਅਸੀਂ ਦੇਖੋ ਇਹ ਗੱਲ ਸਾਰੇ ਸਮਝਦੇ ਆ ਸਭ ਨੂੰ ਪਤਾ ਹੈ ਕਿ ਸੰਸਾਰ ਵਿੱਚ ਆਈ ਹੋਈ ਹਰ ਇੱਕ ਚੀਜ਼ ਘਟਦੀ ਘਟਦੀ ਹੈ ਘਟਦੀ ਘਟਦੀ। ਹਰ ਦਿਨ ਘਟਦੀ ਹੈ। ਤੇ ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਬਦ ਪੜਦੇ ਆ ਨਾ ਦਿਨ ਰਵ ਚੱਲੇ ਨਿਸ਼ਵਸ ਚੱਲੇ ਤਾਰਕਾ ਲਖ ਪਲੋਈ। ਭਾਈ ਦਿਨ ਵੀ ਚੱਲਦਾ ਰਾਤ ਵੀ ਚੱਲਦੀ ਤਾਰੇ ਵੀ ਚੱਲਦੇ ਚੱਲਦੇ ਦਾ ਭਾਵੇਂ ਖਤਮ ਹੁੰਦੇ ਨੇ। ਰਾਤ ਆਈ ਸਵੇਰ ਨੂੰ ਦਿਨ ਹੋ ਗਿਆ। ਕਿੰਨੀ ਵੀ ਹਨੇਰੀ ਕਿੰਨੀ ਵੀ ਕਣੀ ਰਾਤ ਕਿਉਂ ਨਾ ਹੋਵੇ। ਸਵੇਰੇ ਸੂਰੀ ਦੀ ਪਹਿਲੀ ਕਿਰਨ ਨਿਕਲਦੀ ਹੈ ਰਾਤ ਲੰਬੀ ਨਹੀਂ ਹੈ। ਕਿੰਨਾ ਵੀ ਸੂਰੀ ਚਮਕਦਾ ਹੋਵੇ। ਸ਼ੌਂਬੇ ਲੱਭਦਾ ਹੀ ਨਹੀਂ ਹੈ ਕਿਤਨੇ ਤਾਰੇ ਮੰਡਲ ਵੀ ਦੇਖਦੇ ਆਂ ਅਸੀਂ ਇਹ ਤਾਰੇ ਮੰਡਲ ਵੀ ਸਾਰੇ ਕਿਤੇ ਲੱਭਦੇ ਨੇ ਹੁੰਦੇ ਨੇ ਸੰਸਾਰ ਵਿੱਚ ਪਰ ਲੱਭਦੇ ਨਹੀਂ ਹੈ ਹਰ ਕੁਝ ਚਲਾਈਮਾਨ ਹੈ ਤੇ ਗੁਰੂ ਅਰਜਨ ਸਾਹਿਬ ਜੀ ਨੇ ਸਾਨੂੰ ਕੀ ਗੱਲ ਦੱਸੀ ਮਕਾਮ ਇਹ ਮਕਾਮ ਉਹੀ ਇੱਕ ਹੈ ਨਾਨਕਾ ਸੱਚ ਬਗੋਈ ਤੇ ਸੱਚ ਕੀ ਰਹੇਗਾ ਕੇਵਲ ਤੇ ਕੇਵਲ ਗੁਰੂ ਦਾ ਗਿਆਨ ਜੋ ਗੁਰੂ ਦੁਆਰਾ ਬਖਸ਼ਿਸ਼ ਕੀਤਾ ਹੋਇਆ ਗਿਆਨ ਹੈ ਉਹ ਹਮੇਸ਼ਾ ਸੱਚ ਰਹੇਗਾ ਪਰ ਅਸੀਂ ਕੀ ਕਰਦੇ ਆਂ ਕਿ ਗੁਰੂ ਦੇ ਗਿਆਨ ਤੋਂ ਆਪਣੇ ਆਪ ਨੂੰ ਦੂਰ ਕਰ ਲੈਣੇ ਆ ਆਪਣੇ ਅਨੁਸਾਰੀ ਹੋ ਕੇ ਜੀਵਨ گزارਣ ਲੱਗ ਪੈਂਦੇ ਆ ਕਿ ਇਸ ਲਈ ਆਪਣੇ ਅਨੁਸਾਰੀ ਹੋ ਕੇ ਜੀਵਨ ਗੁਜ਼ਾਰੀਏ ਨਾ ਤੇ ਫਿਰ ਪਤਾ ਕੀ ਹੁੰਦਾ ਹੈ ਗੁਰੂ ਤੋਂ ਦੂਰੀ ਬਣਦੀ ਹੈ ਸਭ ਤੋਂ بڑا ਵਿਵਾਦ ਦਾ ਕਾਰਨ ਸਭ ਤੋਂ بڑا ਦੁਖਦਾਈ ਹੋਣ ਦਾ ਕਾਰਨ ਸਭ ਤੋਂ بڑا ਸੰਸਾਰ ਵਿੱਚ ਸਾਨੂੰ ਇਹੋ ਜਿਹੇ ਪਰਮ ਭਲੇਖਿਆਂ ਵਿੱਚ ਪੈਣ ਦਾ ਕਾਰਨ ਇਹ ਵੈ ਕਿ ਅਸੀਂ ਗੁਰੂ ਅਨਸਾਰੀ ਹੋ ਕੇ ਨਹੀਂ ਜੀਵਨ ਗੁਜ਼ਾਰਿਆ ਅਸੀਂ ਗੁਰੂ ਤੋਂ ਦੂਰੀ ਬਣਾ ਕੇ ਜੀਵਨ ਗੁਜ਼ਾਰਿਆ ਜੇ ਅਸੀਂ ਗੁਰੂ ਤੋਂ ਨਾਲ ਹੋ ਕੇ ਜੀਵਨ ਨੂੰ گزارਾਂਗੇ ਗੁਰੂ ਦੇ ਨੇੜੇ ਹੋ ਕੇ ਜੀਵਨ ਨੂੰ گزارਾਂਗੇ ਗੁਰੂ ਅਨਸਾਰੀ ਹੋ ਕੇ ਜੀਵਨ ਨੂੰ گزارਾਂਗੇ ਫਿਰ ਸਾਨੂੰ ਗੁਰੂ ਦੇ ਗਿਆਨ ਦੀ ਉਹ ਬਖਸ਼ਿਸ਼ ਜੀ ਸਾਡੇ ਸੋਰ ਮੰਡਲ ਵਿੱਚ ਆ ਵਸਦੀ ਹੈ ਸਾਡੀ ਸੁਰਤ ਜਾ ਵਸਦੀ ਹੈ ਕਰਨਾ ਤੇ ਸੁਰਤ ਨੂੰ ਹੈ ਹੈ ਨਾ ਪੜਿਆ ਸੀ ਮਨ ਸਮਝਾਉਣ ਕਰਨੇ ਕੁਛ ਕੁ ਪੜੀਏ ਗਿਆਨ ਮਨ ਨੂੰ ਕਿਵੇਂ ਸਮਝਾਉਣਾ ਹੈ ਮਨ ਨੂੰ ਕੌਣ ਸਮਝਾਂਦਾ ਹੈ ਮਨ ਨੂੰ ਗੁਰੂ ਦਾ ਗਿਆਨ ਸਮਝਾਂਦਾ ਹੈ ਮਨ ਨੂੰ ਸਮਝਾਉਣ ਲਈ ਕੋਈ ਟੀਚਰ ਥੋੜੀ ਲੱਗਿਆ ਹੈ ਕਿ ਡੰਡੇ ਚਾਰ ਮਾਰ ਕੇ ਮਨ ਨੂੰ ਸਮਝਾ ਲੇਗਾ ਟੀਚਰ ਕੋਲ ਨਹੀਂ ਸਮਝਦਾ ਮਨ ਨੂੰ ਸਮਝਾਉਂਦਾ ਤੇ ਕੇਵਲ ਗੁਰੂ ਦਾ ਗਿਆਨ ਤੇ ਗੁਰੂ ਦੇ ਗਿਆਨ ਦੇ ਨਾਲ ਹੀ ਜਿਹੜੇ ਅਸੀਂ ਇਹ ਗੱਲ ਦੇਖ ਲੈਂਦੇ ਆ ਤੇ ਫਿਰ ਕੀ ਕਰਦਾ ਹੈ ਮਨੁੱਖ ਉਸ ਗਿਆਨ ਨੂੰ ਪ੍ਰਾਪਤ ਕਰਦਾ ਹੈ ਜੋ ਗਿਆਨ ਖੰਡ ਦੀ ਗੱਲ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਕੀਤੀਆਂ ਖਾਣੀ ਕੀਤੀਆਂ ਪਾਣੀ ਦੀ ਗੱਲ ਕੀਤੀ ਤੇ ਫਿਰ ਕੀ ਕਰਦਾ ਹੈ ਮਨੁੱਖ ਸੰਸਾਰ ਵਿੱਚ ਆ ਕੇ ਵਿੱਚ ਦੁਨੀਆ ਸੇਵਕ ਮਾਈ ਹੈ ਤਾਂ ਦਰਗਾ ਬੈਸਣ ਪਾਈ ਫਿਰ ਇਸ ਵਾਰ ਲੱਗਦਾ ਹੈ ਗਿਆਨ ਵਾਰ ਲੱਗਦਾ ਹੈ ਫਿਰ ਜਿਹੜੇ ਗਿਆਨ ਧਰਮਨਸਾਰੀ ਹੋ ਕੇ ਜੀਵਨ ਨੂੰ گزارਦੇ-ਗੁਜ਼ਾਰਦੇ ਗਿਆਨ ਤੇ ਪਹੁੰਚਦਾ ਹੈ ਗਿਆਨ ਖੰਡ ਵਿੱਚ ਪਹੁੰਚਦਾ ਹੈ ਫਿਰ ਉਸ ਸੋਰ ਮੰਡਲ ਦੀ ਜਿਹੇ ਗੱਲ ਆਉਂਦੀ ਹੈ ਮਨ ਵਿੱਚ ਇਹ ਗੱਲ ਆਉਂਦੀ ਹੈ ਉਹਦੀ ਸੁਰਤ ਵਿੱਚ ਇਹ ਗੱਲ ਆ ਕੇ ਬੈਠਦੀ ਹੈ ਕਿ ਇਸ ਦੁਨੀਆ ਵਿੱਚ ਸੇਵਕ ਮੰਨਦਾ ਮੈਨੂੰ ਮੌਕਾ ਮਿਲਿਆ ਹੈ ਵਿੱਚ ਦੁਨੀਆ ਸੇਵਕ ਮਾਈ ਹੈ ਇਸ ਦੁਨੀਆ ਵਿੱਚ ਰਹਿੰਦੇ ਹੋਏ ਇਸ ਗਿਆਨ ਨੂੰ ਕਮਾਉਂਦੇ ਕਮਾਉਂਦੇ ਉਸ ਪ੍ਰਭੂ ਪਰਮਾਤਮਾ ਦੇ ਸੇਵਨ ਨਾਲ ਜੁੜੇ ਹੋਏ ਉਹਦੇ ਨਿਰਤਾਂ ਬਣਾ ਕੇ ਰੱਖੀ ਹੋਈ ਤੇ ਫਿਰ ਵਿੱਚ ਦੁਨੀਆ ਸੇਵਕ ਕਮਾਈ ਆ ਤਾਂ ਦਰਗਾ ਬੈਸਨ ਪਾਈਏ ਦਰਗਾ ਕਿਹੜੀ ਹੈ ਪ੍ਰਮਾਤਮਾ ਦੀ ਉਹ ਪ੍ਰਮਾਤਮਾ ਦੀ ਦਰਗਾ ਹੀ ਹੋਵੇ ਕਿਸੇ ਰਹਿੰਦੇ ਆ ਦਿਖਦੇ ਆ ਇਥੇ ਜਿਹਨੇ ਸੀ ਧਰਮ ਅਨਸਾਰ ਹੀ ਹੋ ਕੇ ਗੁਜ਼ਾਰਦੇ ਆ ਆਪਣੇ ਆਪ ਦੇ ਉੱਪਰ ਧਰਮ ਦਾ ਕੁੰਡਾ ਲਾ ਕੇ ਰੱਖਦੇ ਆ ਤੇ ਫਿਰ ਕੀ ਹੁੰਦਾ ਫਿਰ ਉਹ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਕੇ ਸਾਨੂੰ ਇਹ ਗੱਲ ਦੱਸਦੇ ਨੇ ਕੋ ਨਾਨਕ ਬਹਾਂ ਲੜਾਈਏ ਫਿਰ ਗੁਰੂ ਨਾਨਕ ਵੀ ਉਹਨਾਂ ਦਾ ਬਹੋੜੀ ਹੁੰਦਾ ਉਹ ਗੁਰਮਾਨਿਕ ਦਾ ਫਲਸਫਾ ਫਰ ਨਾਲ ਜੀਵਨ ਸ਼ੁਰੂ ਕਰਦਾ ਹੈ ਪਰ ਜਿਸ ਵੇਲੇ ਅਸੀਂ ਧਰਮ ਤੋਂ ਦੂਰ ਹੋ ਜਾਈਏ ਉਸ ਗੁਰੂ ਦੇ ਗਿਆਨ ਤੋਂ ਦੂਰ ਹੋ ਜਾਈਏ ਤੇ ਫਿਰ ਆਪਣੇ ਅਨਸਾਰੀ ਹੋ ਕੇ ਤੇ ਭਾਵੇਂ ਜੀਵਨ ਗੁਜ਼ਾਰਦੇ ਹੋਣੇ ਆ ਪਰ ਆਪਣੇ ਅਨਸਾਰੀ ਜੀਵਨ ਗੁਜ਼ਾਰਦੇ ਹੋਏ ਕੀ ਹੁੰਦਾ ਹੈ ਕਿ ਅਸੀਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਨਹੀਂ ਕਰ ਸਕਦੇ ਕਦੀ ਇਤਿਹਾਸ ਪੜ ਕੇ ਦੇਖਿਆ ਅਸੀਂ ਬੜੀ ਵਾਰੀ ਅਗਲੇ ਜਨਮ ਵਿੱਚ ਕੋਈ ਧੇਰ ਬਾਅਦ ਹੀ ਸਾਡੇ ਕੋਲ ਉਹ ਸ਼ਹੀਦੀ ਹਫਤਾ ਸ਼ੁਰੂ ਹੋਣਾ ਹੈ ਨਾ ਸ਼ਹੀਦੀ ਵੀ ਕਮਣਾ ਨਹੀਂ ਅਸੀਂ ਉਹ ਸ਼ਹੀਦੀ ਵੀ ਕਿ ਜਿਸ ਅਸੀਂ ਉਹਨਾਂ ਛੋਟੇ ਸਾਹਿਬ ਜਾਦਿਆਂ ਦੀਆਂ ਵੱਡਿਆਂ ਸਾਹਿਬ ਜਾਦਿਆਂ ਦੀਆਂ ਗੁਰੂ ਕਿਉਂ ਨ ਸਿੱਖਾਂ ਦੀਆਂ ਬਹੁਤ ਸਾਰੀਆਂ ਕਥਾ ਕਹਾਣੀਆਂ ਸੁਣਦੇ ਆਂ ਗੁਰਦੁਆਰਿਆਂ ਵਿੱਚ ਵਿਚਾਰਾਂ ਕਰਦੇ ਆਂ ਪੰਜ ਸੱਤ ਦਿਨ ਲਗਾਤਾਰ ਇਹ ਪ੍ਰੋਗਰਾਮ ਉਲਿਖਦੇ ਆਂ ਕਿਸ ਕਰਕੇ ਉਲਿਖਦੇ ਆਂ ਕਿ ਗੁਰੂ ਕੇ ਉਹਨਾਂ ਸਿੱਖਾਂ ਦੀਆਂ ਗੁਰੂ ਕੇ ਉਹਨਾਂ ਸਾਹਿਬ ਜਾਦਿਆਂ ਦੀਆਂ ਉਹ ਕੀਤੀਆਂ ਹੀ ਕਹਾਣੀਆਂ ਕੀਤੀਆਂ ਹੀ ਕਾਰਨਾਮੇ ਸਾਡੇ ਜੀਵਨ ਵਿੱਚ ਕਦੇ ਪ੍ਰੇਰਣਾ ਸ਼ੋਤ ਬਣ ਜਾਣ ਹੁਣ ਦੇਖੋ ਉਹਨਾਂ ਸਿੱਖਾਂ ਦੇ ਕਾਰਨਾਮੇ ਉਹਨਾਂ ਗੁਰੂ ਕੇ ਲਾਲਾਂ ਦੇ ਕਾਰਨਾਮੇ ਕਿਤਨੀ-ਕਿਤਨੀ ਉਮਰ ਹੋਣੀ ਐ ਤੇ ਕਿਉਂ ਜੇ ਗੁਰੂ ਦੇ ਨਾਲ ਹੋ ਕੇ گزارੇ ਤੇ ਕੀਤਾ ਕੀ ਰਹਿਂਦੀ ਦੁਨੀਆ ਤੱਕ ਆਪਣਾ ਨਾਮ ਰੋਸ਼ਨ ਰੱਖਿਆ ਅੱਜ ਦੇਖੋ ਨਾ ਸਾਰਾ ਸੰਸਾਰ ਇਸ ਗੱਲ ਨੂੰ ਮੰਨਦਾ ਐ ਭਾਵੇਂ ਸਾਡੇ ਧਰਮ ਨੂੰ ਜਾਣਨ ਵਾਲਾ ਹੋਵੇ ਜਾਂ ਨਾ ਜਾਣਨ ਵਾਲਾ ਹੋਵੇ ਪਰ ਇਸ ਗੱਲ ਨੂੰ ਕਹਿੰਦਾ ਐ ਕਿ ਗੁਰੂ ਕੇ ਉਹਨਾਂ ਲਾਲਾਂ ਨੇ ਗੁਰੂ ਕੇ ਉਹਨਾਂ ਸਿੱਖਾਂ ਨੇ ਕਿਉਂ ਜੇ ਕਾਰੇ ਕੀਤੇ ਕਿ ਰਹਿਂਦੀ ਦੁਨੀਆ ਤੱਕ ਉਹਨਾਂ ਦਾ ਨਾਮ ਕਾਇਮ ਰਹੇ ਇਹ ਕਿਨੇ ਕਰ ਦਿੱਤਾ ਇਹ ਗੁਰੂ ਕੇ ਉਸ ਗਿਆਨ ਨੇ ਗੁਰੂ ਦੀ ਨੇੜਤਾ ਨੇ ਗੁਰੂ ਕੇ ਉਸ ਸ਼ਬਦਾਂ ਨੇ ਗੁਰੂ ਕੇ ਉਹਨਾਂ ਬੋਲਾ ਨੇ ਸਾਡੇ ਘਰਾਂ 'ਚ 7-7 9 ਸਾਲ ਦੇ ਬੱਚੇ ਹੋਣੇ 11 ਸਾਲ ਦੇ ਬੱਚੇ ਵੀ ਹੋਣੇ 15 ਸਾਲ ਦੇ ਵੀ ਹੋਣੇ ਕਦੀ ਸੋਚ ਕੇ ਦੇਖੀਏ ਕਿ ਉਹਨਾਂ ਗੁਰੂ ਕੇ ਸਿੱਖਾਂ ਨੇ ਕਿਤਨੇ ਮਹਾਨ ਔਰ ਕਿਤਨੇ ਯੁੱਧੇ ਹੋਣਗੇ ਕਿ ਉਹ ਜੇ ਗੁਰੂ ਅਨਸਾਰੀ ਹੋਣਗੇ ਅੱਜ ਕੀ ਹੋ ਗਿਆ ਸਾਡੇ ਵਿੱਚ ਵੱਦ ਕਿਸਮਤੀ ਕੀ ਬਣ ਗਈ ਹੈ ਆਈ ਸਾਰੇ ਵੀ ਰੀਜਨਿੰਗ ਬੜੀ ਹਨਾ ਬੜੀ ਰੀਜਨਿੰਗ ਹੈ ਕੋਈ ਗੱਲ ਅਸੀਂ ਕਰਦੇ ਆ ਕਦੇ ਪ੍ਰਚਾਰਕ ਜਾਂਦੇ ਆ ਪ੍ਰਚਾਰ ਕਰਨ ਜਾਂਦੇ ਆ ਬੜੇ سارے ਸਵਾਲ ਤੁਹਾਨੂੰ ਮੰਨਦੇ ਔਰ ਬਹੁਤ ਕਰਕੇ ਸਵਾਲ ਪਤਾ ਕਿਹਨਾਂ ਤੋਂ ਆਉਂਦੇ ਆ ਛੋਟੇ ਜਿਹੜੇ ਛੋਟੀ ਉਮਰ ਦੇ ਲੋਕੀ ਹੁੰਦੇ ਜਿਹੜੇ ਮੈਚੁਰ ਨਹੀਂ ਹੋਏ ਹੁੰਦੇ ਮਤਲਬ 40 ਤੋਂ ਥੋੜਾ ਥਲੇ 30 ਦਾਲ ਤੱਕ ਹੁੰਦੇ ਨੇ ਬੜੇ ਸਵਾਲ ਕਰਦੇ ਆ ਸਵਾਲ ਬੜੇ ਆਉਂਦੇ ਆ ਕਦੀ ਸਵਾਲ ਸੁਣ ਕੇ ਦੇਖੀਏ ਹੈਰਾਨ ਹੋ ਜਾਈਦਾ ਕਿ ਤੁਹਾਡੇ ਨਾਲ ਸਵਾਲ ਸ਼ੇਅਰ ਕਰੀਏ ਤੁਸੀਂ ਕਹੋਗੇ ਯਾਰ ਕਿਹੋ ਜੇ ਲੋਕ ਹੋਣਗੇ ਪਰ ਕਦੀ ਸਾਖੀ ਪੜ੍ਹ ਕੇ ਦੇਖੋ ਭਾਈ ਬਚਿੱਤਰ ਸਿੰਘ ਜੀ ਭਾਈ ਬਚਤਰ ਸਿੰਘ ਨੇ ਗੁਰੂ ਨੂੰ ਰਿਜਨਿੰਗ ਥੋੜੀ ਕੀਤੀ ਹੈ ਕਿ ਨਹੀਂ ਜੀ ਮੈਂ ਗੁਰਸਾਹਿਬ ਚੋਂ ਜਾਵਾਂ ਜੀ ਹਾਥੀ ਨੂੰ ਮਾਰਨ ਮੈਂ ਤੇ ਬੜਾ ਕਮਜ਼ੋਰ ਹਾਂ ਕਹਿੰਦੇ ਕਿ ਕੀ ਹੋ ਉਸਨੇ ਕੀ ਹੋ ਜਾਏਗਾ ਕਦੇ ਗੱਲ ਕੀਤੀ ਹੋਣੀ ਹੈ ਗੁਰਨਾਨਕ ਦੇ ਫਲਸਫੇ ਵਿੱਚ ਇੱਕ ਗੱਲ ਹੈ ਗੁਰਨਾਨਕ ਦੇ ਫਲਸਫੇ ਜੇ ਸਿੱਖ ਦਾ ਸਮਰਪਣ ਸਿੱਖ ਦਾ ਸਰੰਡਰ ਸਿੱਖ ਨੇ ਆਪਣੇ ਆਪ ਨੂੰ ਸਰੰਡਰ ਕਰਨਾ ਹੈ ਅਸੀਂ ਪੜਦੇ ਹਾਂ ਨਾ ਨਾਨਕ ਘਰ ਕੇ ਗੋਲੇ ਗੋਲੇ ਕੀ ਹੁੰਦਾ ਹੈ ਗੋਲੇ ਕਹਿੰਦੇ ਨੇ ਗੁਲਾਮ ਨੂੰ ਫਰਕ ਇਹ ਦੋਨਾਂ 'ਚ ਨੌਕਰ ਤੇ ਗੁਲਾਮ ਵਿੱਚ ਫਰਕ ਹੈ ਗੁਰਗੰਸਾਹਬ ਦੀ ਸੁਚੀ ਪਾਣੀ ਪੜ ਲਿਓ ਕਿਤੇ ਸਿੱਖ ਪ੍ਰਤੀ ਗੁਰੂ ਨਾਨਕ ਸਾਹਿਬ ਜੀ ਨੇ ਸੁਚੀ ਗੁਰਗੰਸਾਹਬ ਦੀ ਬਾਣੀ ਨੇ ਸਿੱਖ ਨੂੰ ਨੌਕਰ ਨਹੀਂ ਲਿਖਿਆ ਹੋਣਾ ਕਿਤੇ ਲਿਖਿਆ ਗਿਆ ਸ਼ਾਇਦ ਜਿੰਨੀ ਗੁਰਗੰਸਾਹਬ ਦੀ ਬਾਣੀ ਮੈਂ ਸਟੱਡੀ ਕੀਤੀ ਹੈ ਮੈਂ ਪੜ੍ਹੀ ਹੈ ਮੇਰੇ ਤੋਂ ਵੱਡੇ ਵੱਡੇ ਲੋਕ ਹੋਣੇ ਬਹੁਤ ਸਾਰੇ ਵਿਦਵਾਨ ਲੋਕ ਬੈਠੇ ਹੋ ਕਿਤੇ ਨੌਕਰ ਸ਼ਬਦ ਕਰਕੇ ਸੰਬੋਧਨ ਨਹੀਂ ਆਇਆ ਜਿੱਥੇ ਵੀ ਕਿਤੇ ਸੰਬੋਧਨ ਆਇਆ ਉਹ ਸਬੋਧਨ ਗੁਲਾਮ ਕਰਕੇ ਆਇਆ ਗੋਲੇ ਕਰਕੇ ਆਇਆ ਗੋਲੇ ਵਿੱਚ ਤੇ ਨੌਕਰ ਵਿੱਚ ਫਰਕ ਹੈ ਨੌਕਰ ਨੂੰ ਇਹ ਹੱਕ ਪ੍ਰਾਪਤ ਹੈ ਉਹ ਕਿਤੇ ਘੱਟ ਵਤਨਖਾ ਦੇ ਹੋਰ ਨੌਕਰੀ ਜਾ ਕੇ ਕਿ ਜੇ ਹੋਰ ਜਗ੍ਹਾ ਮਿਲ ਗਈ ਅਪੁਆਇੰਟਮੈਂਟ ਕਰ ਲੇਗਾ ਪਰ ਗੁਲਾਮ ਨੂੰ ਇਹ ਹੱਕ ਪ੍ਰਾਪਤ ਨਹੀਂ ਹੈ ਗੁਲਾਮ ਦਾ ਕੇਵਲ ਸਰੈਂਡਰ ਹੈ ਤੇ ਗੁਰੂ ਨਾਨਕ ਦੇ ਫਲਸਫੇ ਨੇ ਗੱਲ ਸਮਝਾਈ ਸੀ ਕਿ ਸਿੱਖ ਦਾ ਸਰੈਂਡਰ ਹੈ ਤੇ ਭਾਈ ਬਚਿੱਤਰ ਸਿੰਘ ਨੇ ਸਰੈਂਡਰ ਕੀਤਾ ਨਾ ਗੁਰੂ ਦਸਵੇਂ ਪਾਤਸ਼ਾਹ ਨੇ ਇੱਕ ਬਚਨ ਕੀਤਾ ਕਿ ਸਾਡੇ ਸਵੈਰੇ ਭਾਈ ਬਚਿੱਤਰ ਸਿੰਘ ਜਾਣਗੇ ਹਾਥੀ ਨਾਲ ਮੁਕਾਬਲਾ ਕਰਨ ਲਈ ਮਰਨ ਪੁੱਛੀ ਕੋ ਗਿਆ ਨਹੀਂ ਜੀ ਮੈਂ ਨਹੀਂ ਜਾਵਾਂਗਾ ਤੇ ਮੈਂ ਨਹੀਂ ਜਾਵਾਂਗਾ ਜੇ ਮੰਨ ਲਓ ਅੱਜ ਦਾ ਕੋਈ ਸਿੱਖ ਹੁੰਦਾ ਅੱਜ ਦਾ ਕੋਈ ਨੌਜਵਾਨ ਹੁੰਦਾ ਉਹ ਕਿਹੋ ਜਿਹਾ ਸਵਾਲ ਕਰਦਾ ਨਹੀਂ ਜੀ ਬਿਲਕੁਲ ਹਥਿਆਰ ਘਾਟੇ ਕੀ ਲੋਕੜੇ ਜਾਨ ਦੀ ਧੋੜ ਜਾਂਦੇ ਆ ਭੱਜ ਜਾਂਦੇ ਆ ਅੱਜ ਦੇਖ ਲਓ ਸਾਡੇ ਸਿੱਖ ਸਮਾਜ ਵਿੱਚ 4 ਦਿਨ ਵਟਸਐਪ ਤੇ ਉਹਨੂੰ ਗੱਲਾਂ ਕਰ ਰਹੀਆਂ ਆਂਦੀਆਂ 4 ਗੱਲਾਂ ਲਿਖਣੀ ਆ ਜਾਂਦੀਆਂ ਨੇ ਦੋ ਵਾਰੀ ਕਮੈਂਟ ਬੰਦਾ ਤੇ ਸਿੱਖ ਵਿਦਵਾਨ ਹੋ ਆਈਕਲ ਵਟਸਐਪ ਯੂਨੀਵਰਸਿਟੀ ਆ ਨਾ ਕਿ ਤੇ ਵਿਦਵਾਨ ਬਣ ਕੇ ਆਇਆ ਸੀ ਗਿਆਨ ਹਾਸਲ ਕਰ ਲਿਆ ਬਹੁਤਾ ਵਿਦਵਾਨ ਨੇ ਆਸਰ ਕੀਤਾ ਹੋਇਆ ਅੱਜਕਲ ਦੇਖ ਲਓ ਆਨੇ ਅਸੀਂ WhatsApp ਵਿਦਵਾਨ ਹੀ ਹੁੰਦੇ ਆ ਫੇਸਬੁਕ ਹੀ ਵਿਦਵਾਨ ਹੁੰਦੇ ਆ ਚਾਰ ਕਮੈਂਟ ਬਾਏ ਕਿਸੇ ਨੇ ਹਾਂ ਕੀਤਾ ਕਿਸੇ ਨੇ ਨਾ ਕੀਤਾ ਵਿਦਵਾਨ ਬਣ ਕੇ ਗੁਨਾਹਗ ਦੇ ਘਰ ਵਿੱਚ ਇਹ ਗੱਲ ਨਹੀਂ ਸੀ ਗੁਨਾਹਗ ਦੇ ਘਰ ਵਿੱਚ ਇੱਕੋ ਗੱਲ ਸੀ ਕਿ ਇਸ ਗਿਆਨ ਦੇ ਨਾਲ ਉਸ ਪ੍ਰਭੂ ਪਰਮਾਤਮਾ ਦੀ ਉਸ ਖੁਸ਼ੀ ਨੂੰ ਪ੍ਰਾਪਤ ਕਰਨਾ ਹੈ ਉਸ ਖੁਸ਼ੀ ਨੂੰ ਪ੍ਰਾਪਤ ਕਰਦੇ ਕਰਦੇ ਕੀ ਕਰਨਾ ਹੈ ਉਸ ਪ੍ਰਭੂ ਅਨੁਸਾਰੀ ਹੋ ਕੇ ਗਿਆਨ ਅਨੁਸਾਰੀ ਹੋ ਕੇ ਜੀਵਨ ਨੂੰ گزارਣਾ ਹੈ ਤੇ ਜਿਸ ਵੇਲੇ ਜੀ ਭਗਤ ਕਬੀਰ ਸਾਹਿਬ ਜੀ ਦੇ ਬੋਲ ਪੜਦੇ ਆ ਨਾ ਜੇ ਮੇਰੇ ਅੰਦਰ ਧਰਮ ਆ ਜਾਏ ਮੇਰੇ ਅੰਦਰ ਗਿਆਨ ਆ ਜਾਏ ਤੇ ਫਿਰ ਕੀ ਹੁੰਦਾ ਹੈ ਦੇਖੋ ਵਸਤਵਾਂ ਕਿਵੇਂ ਬਦਲਦੀਆਂ ਹਨ ਹੈਨਾ ਅਸੀਂ ਧਰਮਖੰਡ ਦੀ ਗੱਲ ਕੀਤੀ ਗਿਆਨਖੰਡ ਦੀ ਕਰਦੇ ਪਏ ਹਾਂ ਕਿਵੇਂ ਅਵਸਥਾਵਾਂ ਬਦਲਦੇ ਕੀ ਹੁੰਦਾ ਹੈ ਸਜਾ ਦੇਣਾ ਕਿਸੇ ਨੂੰ ਬੜਾ ਸੁੱਖ ਹੈ ਹੈਨਾ ਕਿਸੇ ਨੂੰ ਸਾਡੀ ਕਿਸੇ ਨਾਲ ਕੋਈ ਪਰਾਜ਼ਾ ਬਣ ਜਾਏ ਕੁਤਣਾ ਤਣੇ ਨਹੀਂ ਬਣ ਜਾਏ ਅਸੀਂ ਉਹਨੂੰ ਮਰਨ ਮਰਾਨ ਤੇ ਵੀ ਆ ਜਾਂਦੇ ਹਾਂ ਤੇ ਮਰਨ ਮਰਾਨ ਵਿੱਚ ਬੜਾ ਸੁੱਖਾ ਲੱਗਦਾ ਹੈ ਚਾਰ ਬੰਦੇ ਵੀ ਇਕੱਠੇ ਕਰ ਲੈਂਦੇ ਆ ਝਗੜਾ ਵੀ ਕਰ ਲੈਂਦੇ ਆ ਪਰ ਕਦੀ ਖਿਆਲ ਕਰਕੇ ਦੇਖਿਓ ਕਿ ਸਾਨੂੰ ਬਖਸ਼ ਦੇਣਾ ਬੜਾ ਔਖਾ ਹੈ ਕਿਸੇ ਦੀ ਗੱਲ ਨੂੰ ਇਗਨੋਰ ਕਰ ਜਾਣਾ ਬੜਾ ਔਖਾ ਹੈ ਬਖਸ਼ਣਾ ਔਖਾ ਹੈ ਫਿਜਾ ਦੇਣੀ ਸੋਖੀ ਹੈ ਚਾਰ ਪੈਸੇ ਆ ਗਏ ਪਰਚਾਰ ਕਰਵਾਤਾ ਕੁੱਟ ਮਾਰ ਲਿਆ ਮੈਂ ਤਗੜਾ ਕਿਸੇ ਕਮਜ਼ੋਰ ਨੂੰ ਕੁੱਟ ਵੀ ਸਕਦਾ ਮਾਰ ਵੀ ਸਕਦਾ ਲੁੱਟ ਵੀ ਕਰ ਸਕਦਾ ਪਰ ਕਿਸੇ ਨੂੰ ਬਖਸ਼ਿਸ਼ ਕਰ ਜਾਣਾ ਕਿਸੇ ਨੂੰ ਸੁਝੋਤਾ ਕਰ ਲੈਣਾ ਕਿਸੇ ਗੱਲ ਨੂੰ ਇਗਨੋਰ ਕਰ ਜਾਣਾ ਇਹ ਬੜੀ-ਬੜੀ ਕਮਾਲ ਦੀ ਗੱਲ ਹੈ ਇਹ ਕਿਸ ਵੇਲੇ ਆਉਂਦੀ ਹੈ ਤੇ ਭਗਤ ਕਬੀਰ ਸਾਹਿਬ ਜੀ ਨੂੰ ਪੜ ਕੇ ਦੇਖਿਓ ਕੀ ਗੱਲ ਕਰਦੇ ਆ ਕਬੀਰ ਜਾਂ ਗਿਆਨ ਤੈ ਧਰਮ ਹੈ ਜਿਤੇ ਗਿਆਨ ਆ ਗਿਆ ਨਾ ਜਿਤੇ ਧਰਮ ਅਨਸਾਰੀ ਹੋ ਕੇ ਜੀਵਨ ਜੀਵਿਆ ਗਿਆਨ ਵੱਲ ਵਧਿਆ ਜਿਲੇ ਗਿਆਨ ਆ ਗਿਆ ਉਥੇ ਧਰਮ ਦੀ ਵੀ ਸਭ ਤੋਂ ਪਰਚਮ ਉੱਚਾ ਰਹੇਗਾ ਤੇ ਫਿਰ ਕੀ ਹੁੰਦਾ ਤੈ ਧਰਮ ਹੈ ਜਾਂ ਝੂਠ ਤੈ ਪਾਪ ਜਿਹੜੇ ਝੂਠ ਵੱਲ ਜੁੜਿਆ ਤੇ ਪਾਪ ਵੱਲ ਦੌੜਨ ਲੱਗ ਪਿਆ ਪਰ ਜੇ ਕਦੀ ਉਹ ਧਰਮ ਅਨਸਾਰੀ ਹੋ ਕੇ ਰਿਹਾ ਗਿਆਨ ਅਨਸਾਰੀ ਹੋ ਕੇ ਰਿਹਾ ਗਿਆਨ ਖੰਡ ਵਿੱਚ ਆ ਕੇ ਰਿਹਾ ਧਰਮ ਨੂੰ ਕਮਾਇਆ ਤੇ ਫਿਰ ਕੀ ਹੁੰਦਾ ਫਿਰ ਉਸ ਨੂੰ ਇਹ ਗੱਲ ਸਮਝ ਆਂਦੀ ਏ ਕਿ ਸੰਸਾਰ ਵਿੱਚ ਰਹਿੰਦੇ ਹੋਇਆਂ ਮੈਂ ਸੰਸਾਰ ਦੇ ਵਿੱਚ ਮਨੁੱਖਤਾ ਦੀ ਸੇਵਾ ਕਰਨੀ ਹੈ ਜਿਹੜੇ ਅਸੀਂ ਭਗਤ ਕਬੀਰ ਸਾਹਿਬ ਜੀ ਦਾ ਇੱਕ ਹੋਰ ਸਲੋਕ ਪੜਦੇ ਆਂ ਤੇ ਸਾਨੂੰ ਕਬੀਰ ਸਾਹਿਬ ਜੀ ਦੀ ਇਹ ਗੱਲ ਸਾਹਮਣੇ ਆਉਂਦੀ ਏ ਜਿਸ ਵੇਲੇ ਪਹਿਲੇ ਜ਼ਮਾਨਿਆਂ ਵਿੱਚ ਜਦੋਂ ਛਪਰੀ ਬਣਾ ਕੇ ਰਹਿੰਦੇ ਹੁੰਦੇ ਸਨ ਨਾ ਛਪਰੀਆਂ ਸਾਡੇ ਤੁਸੀਂ ਵੀ ਦੇਖੀਆਂ ਹੋਣੀਆਂ ਸਾਡੇ ਘਰਾਂ ਵਿੱਚ ਜੋ ਕਾਨਿਆਂ ਦੇ ਛੱਤ ਦਾ ਮਕਾਨ ਹੁੰਦਾ ਸੀ ਟੈਂਪਰੇਰੀ ਛੱਪਰ ਬਣੇ ਹੁੰਦੇ ਸਨ ਥੱਲੇ ਵੀ ਖਸtir ਪਾਉਂਦੇ ਸਾਂ ਵਿੱਚ ਵੀ ਖੜਾ ਕਰਦੇ ਸਾਂ ਉੱਪਰ ਪਾ ਕੇ ਰਹਿੰਦੇ ਸਾਂ ਪਰ ਭਗਤ ਕਬੀਰ ਸਾਹਿਬ ਜੀ ਨੇ ਉਹਦੀ ਮਿਸਾਲ ਦੇ ਕੇ ਸਾਨੂੰ ਗੱਲ ਸਮਝਾਈ ਕਿ ਭਾਈ ਜਿਸ ਵੇਲੇ ਸਾਡੇ ਕੋਲ ਗਿਆਨ ਆ ਗਿਆ ਨਾ ਤੇ ਫਿਰ ਕੀ ਹੁੰਦਾ ਉਹ ਸਾਡੀ ਪਰਮ ਦੀ ਟਾਟੀ ਸਾਰੀ ਉੱਡ ਜਾਂਦੀ ਹੈ ਜਿਹੜਾ ਪਰਮ ਬੜਿਆ ਨਾ ਭੁਲੇਖਾ ਬਣਿਆ ਹੁੰਦਾ ਮੇਰੇ ਮਨ ਵਿੱਚ ਤਖੋਲਾ ਬਣਿਆ ਹੁੰਦਾ ਉਹ ਸਾਰਾ ਉੱਡ ਜਾਂਦਾ ਤੇ ਭਗਤ ਕਬੀਰ ਸਾਹਿਬ ਜੀ ਨੇ ਗੱਲ ਸਮਝਾਈ ਦੇਖੋ ਭਾਈ ਗਿਆਨ ਕੀ ਆਈ ਆਂਦੀ ਜਿਹੜੇ ਗਿਆਨ ਦੀ ਆਈ ਨਾ ਗਿਆਨ ਅਨੁਸਾਰੀ ਹੋ ਕੇ ਮਨੁੱਖ ਜੀਵਨ ਲੱਗਿਆ ਤੇ ਫਿਰ ਕੀ ਹੁੰਦਾ ਸਭੇ ਉਡਾਨੀ ਪਰਮ ਕੀ ਟਾਟੀ ਰਹੇ ਨਾ ਮਾਇਆ ਬੰਦ ਉਹ ਬ੍ਰਹਮ ਦੀ ਬਣੀ ਹੋਈ ਛਤਰੀ ਜਿਹੜੀ ਸਾਡੀ ਬ੍ਰਹਮ ਮੰਦਰ ਪਾਲਦੀ ਏ ਉਹ ਸਾਰੀ ਉੱਡ ਜਾਂਦੀ ਏ ਰੇ ਨਾ ਮਾਇਆ ਬੰਦੀ ਫਿਰ ਮਾਇਆ ਦੇ ਅਧੀਨ ਹੋ ਕੇ ਜੀਵਨ ਨਹੀਂ گزارਦਾ ਫਿਰ ਕੀ ਕਰਦਾ ਧਰਮ ਅਨੁਸਾਰੀ ਹੋ ਕੇ گزارਦਾ ਹੈ ਗਿਆਨ ਹਾਸਲ ਕਰਦਾ ਹੈ ਜਿਸ ਵੇਲੇ ਗਿਆਨ ਉਹਦੇ ਵਿੱਚ ਆਵੜਦਾ ਹੈ ਤੇ ਫਿਰ ਕੀ ਕਰਦਾ ਦੁਚਿੱਤੀ ਕੀ ਦੋ ਥੂਣ ਘਰਾਨੀ ਮੋਹ ਬਲੇਡਾ ਟੂਟਾ ਉਹ ਦੁਚਿੱਤਾ ਬਣ ਹੁੰਦਾ ਨਾ ਡਬਲ ਮਾਈਂਡਡ ਜਿਹੜੇ ਮੂਰਖ ਬਣੇ ਹੁੰਦੇ ਨੇ ਉਹ ਡਬਲ ਮਾਈਂਡਡ ਮਨ ਵੀ ਪਾਸੇੋਂ ਲੱਗ ਪੈਂਦਾ ਹੈ ਮੋਹ ਬਲੇਡਾ ਟੂਟਾ ਬਲੇਡਾ ਕਹਿੰਦਾ ਜਿਹੜਾ ਹਰ ਜੈਂਟਰਲ ਸਟੀਲ ਪਿਆ ਹੁੰਦਾ ਗਾਡਰ ਪਿਆ ਹੁੰਦਾ ਉਹ ਮੋਹ ਬਲੇਡਾ ਟੁੱਟਾ ਉਹ ਮੋਹ ਦਾ ਬਣਿਆ ਹੋਇਆ ਬਲੇਡਾ ਉਸਟੀਲ ਟੁੱਟ ਜਾਂਦਾ ਉਹ ਪਰਮ ਦੀ ਚਾਟੀ ਟੁੱਟ ਜਾਂਦੀ ਹੈ ਫਿਰ ਉਹ ਗਿਆਨ ਅਨੁਸਾਰੀ ਹੋ ਕੇ ਰਹਿੰਦਾ ਹੈ ਗਿਆਨ ਵੱਲ ਦੁਰਦਾ ਉਹਨੂੰ ਗਿਆਨ ਅਸਰ ਹੁੰਦਾ ਜਿਹੜਾ ਉਹ ਧਰਮ ਖੰਡ ਵਿੱਚ ਆਇਆ ਧਰਮ ਖੰਡ ਤੋਂ ਗਿਆਨ ਖੰਡ ਵਿੱਚ ਆਇਆ ਤੇ ਫਿਰ ਉਹਦਾ ਮੋਹ ਬਲੇਡਾ ਟੁੱਟਾ ਫਿਰ ਕੀ ਹੋਇਆ ਉਸਨੂੰ ਤishna ਛਾਨ ਭਰੀ ਤਾਰ ਉੱਪਰ ਦੁਰਮਤ ਭਾਂਡਾ ਫੂਟਾ ਜਿਹੜੀ ਮਨ ਵਿੱਚ ਉਹ ਮਹਿਲ ਸੀਨਾਂ ਮਨ ਵਿੱਚ ਜਿਹੜੀ ਉਹਤੋ ਖੋਲਾ ਬਣਿਆ ਸੀ ਮਨ ਵਿੱਚ ਜੋ ਮਾਇਆ ਦਾ ਜੋਰ ਬਣਿਆ ਹੋਇਆ ਸੀ ਉਹ ਸਾਰਾ ਕੁ ਟੁੱਟ ਕੇ ਬਾਹਰ ਨਿਕਲ ਗਿਆ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕਰਕੇ ਇਹ ਗੱਲ ਸਮਝਾਈ ਪਰ ਮਨੁੱਖ ਨੇ ਸੰਸਾਰ ਵਿੱਚ ਆ ਕੇ ਕੀ ਕੀਤਾ ਗਿਆਨ ਨੂੰ ਹਾਸਲ ਤੇ ਕੀਤਾ ਗਿਆਨ ਵੱਲ ਤੇ ਬੜਾ ਵਧਿਆ ਪਰ ਗਿਆਨ ਵੱਲ ਵੱਧੇ-ਵਧੇ ਉਸ ਨੇ ਇਹ ਗੱਲ ਕੀਤਾ ਕਿ ਗਿਆਨ ਨੂੰ ਹਾਸਲ ਕਰਦਿਆਂ ਕਰਦਿਆਂ ਉਸ ਪ੍ਰਭੂ ਪਰਮਾਤਮਾ ਦੇ ਕਿਤੇ ਨਾ ਕਿਤੇ ਬੋਲਾਂ ਤੋਂ ਆਪਣੇ ਆਪ ਨੂੰ ਦੂਰ ਕਰ ਰਿਹਾ ਹੈ ਤੇ ਪ੍ਰਭੂ ਪਰਮਾਤਮਾ ਦੇ ਉਹਨਾਂ ਅਸੂਲਾਂ ਤੋਂ ਦੂਰ ਕਰਨ ਨਾਲ ਉਸ ਮਨੁੱਖ ਨੇ ਗਿਆਨ ਨੂੰ ਅਸਲ ਕਰਕੇ ਉਹ ਧਰਮ ਅਨੁਸਾਰੀ ਗਿਆਨ ਵਿੱਚ ਨਾ ਰਿਹਾ ਜਿਹੜੇ ਧਰਮ ਅਨੁਸਾਰੀ ਗਿਆਨ ਵਿੱਚ ਨਾ ਰਿਹਾ ਤੇ ਫਿਰ ਸੰਸਾਰ ਵਿੱਚ ਰਹਿੰਦੇ ਹੋਏ ਕੀ ਕੀਤਾ ਉਸਨੇ ਗਿਆਨ ਦੀ ਰੋਸ਼ਨੀ ਵਿੱਚ ਤਾਂ ਜੀਵਨ ਗੁਜ਼ਾਰਨ ਲੱਗ ਪਿਆ ਪਰ ਧਰਮ ਅਨੁਸਾਰੀ ਨਾ ਰਿਹਾ ਹੁਣ ਸਿੱਖ ਲਈਏ ਪਵੰਦੀ ਸੀ ਕਿ ਉਸਨੇ ਧਰਮ ਖੰਡ ਵਿੱਚ ਰਹਿ ਕੇ ਧਰਮ ਨੂੰ ਕਮਾਣਾ ਧਰਮ ਨੂੰ ਕਮਾंदे ਕਮਾंदे ਗਿਆਨ ਵੱਲ ਜਾਣਾ ਕੁਤ ਅਗਲੀਆਂ 2-3 ਅਵਸਥਾਵਾਂ ਹੋਰ ਆਂਦੀਆਂ ਹਨ ਉਹਨਾਂ ਅਵਸਥਾਵਾਂ ਵਿੱਚ ਜਾ ਕੇ ਫਿਰ ਕੀ ਪੁੰਚਦਾ ਨਦਰੀ ਨਾਨਕ ਨਦਰੀ ਨਦਰ ਨਿਹਾਲ ਉਹ ਨਿਹਾਲ ਵੱਲ ਜਾ ਕੇ ਜਾਂਦਾ ਹੈ ਉਹ ਪ੍ਰਪੁਰਮਾਤਮਾ ਅਕਾਲਪੁਰਖ ਦੀ ਉਸ ਨਦਰ ਵਿੱਚ ਆ ਜਾਂਦਾ ਹੈ ਉਹਦੀ ਨਦਰ ਵਿੱਚ ਆ ਜਾਂਦਾ ਹੈ ਪਰ ਉਹ ਤਾ ਹੁੰਦਾ ਜਿਕੇ ਦੀ ਉਹ ਸੰਸਾਰ ਵਿੱਚ ਰਹਿੰਦੇ ਹੋਏ ਧਰਮ ਵਿੱਚ ਰਹਿ ਕੇ ਧਰਮ ਖੰਡ ਵਿੱਚ ਧਰਮ ਕਮਾਇਆ ਫਿਰ ਗਿਆਨ ਖੰਡ ਵਿੱਚ ਆਇਆ ਤੇ ਗਿਆਨ ਨੂੰ ਅਸਲ ਕੀਤਾ ਕੀਤਾ ਗੁਰੂ ਅਨਸਾਰੀ ਹੋ ਗਿਆ ਗੁਰੂ ਅਨਸਾਰੀ ਹੋ ਕੇ ਰਿਹਾ ਗੁਰੂ ਦੇ ਬੋਲਾਂ ਨਾਲ ਰਿਹਾ ਗੁਰੂ ਨਾਲ ਨਿਰਤਾ ਅਸਲ ਕੀਤੀ ਤੇ ਫਿਰ ਜੀਵਨ ਨੂੰ ਆਪਣੇ ਆਪ ਨੂੰ ਸਫਲ ਗਿਣਾ ਜਾਂਦਾ ਹੈ ਸੰਸਾਰ ਵਿੱਚ ਆਇਆ ਹੋਇਆ ਮਨੁੱਖ ਜੀਵਨ ਤਾਂ گزارੇਗਾ ਜੋ ਸਵਾਸਾਂ ਦੀ ਪੂੰਜੀ ਉਸ ਨੂੰ ਮਿਲੀ ਉਹ گزار ਜਾਏਗਾ ਹੁਣ ਦੋਨੋਂ ਗੱਲਾਂ ਲਈ ਉਹ ਆਜ਼ਾਦ ਹੈ ਸਫਲ ਜੀਵਨ ਵੀ گزار ਸਕਦਾ ਹੈ ਤੇ ਜੀਵਨ گزار ਵੀ ਸਕਦਾ ਹੈ ਪਰ ਗੁਰਨਾਨਕ ਦੇ ਫਲਸਫੇ ਨੇ ਸਾਨੂੰ ਸਫਲ ਜੀਵਨ ਦੀ ਪ੍ਰੇਰਣਾ ਦਿੱਤੀ ਹੈ ਕਿ ਅਸੀਂ ਸਫਲ ਜੀਵਨ ਹੋ ਕੇ گزارਣਾ ਹੈ ਹੁਣ ਸਫਲ ਜੀਵਨ ਕਿਵੇਂ گزارਣਾ ਹੈ ਜਿਕਰ ਇਹ ਗੁਰੂ ਦੇ ਨੇੜਤਾ ਵਿੱਚ ਰਵੇ ਗੁਰੂ ਦੇ ਬੋਲਾਂ ਵਿੱਚ ਰਵੇ ਗੁਰੂ ਅਨਸਾਰੀ ਹੋ ਕੇ ਜੀਵਨ ਨੂੰ گزارੇ ਤੇ ਜਿਕਰ ਇਹ ਗੁਰੂ ਤੋਂ ਦੂਰੀ ਬਣਾ ਕੇ ਰਵੇ ਆਪਣੇ ਤਲ ਤੇ ਆਪਣੇ ਦਿਮਾਗ ਅਨੁਸਾਰ ਆਪਣੇ ਮਨ ਅਨੁਸਾਰ ਜੀਵਨ گزارੇ ਫਿਰ ਜੀਵਨ ਤਾਂ گزار ਜਾਏਗਾ ਪਰ ਸਫਲ ਜੀਵਨ ਨਹੀਂ گزارੋ ਅੱਜ ਦੀ ਇਸ ਪਾਵਨ ਪੋੜੀ ਵਿੱਚ ਗੁਰੂ ਅਰਣਕ ਸਾਹਿਬ ਜੀ ਨੇ ਸਾਨੂੰ ਇਹ ਗੱਲ ਸਮਝਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਧਰਮ ਖੰਡ ਦਾ ਜੋ ਧਰਮ ਕਮਾਣ ਦਾ ਵੇਲਾ ਜੋ ਧਰਮ ਖੰਡ ਵਿੱਚ ਰਹਿ ਕੇ ਅਸੀਂ ਧਰਮ ਨੂੰ ਕਮਾਇਆ ਉਹਦੀ ਗੱਲ ਆਪ ਜੀ ਨੇ ਉੱਪਰ ਜੋ ਪਹਿਲੀ ਪੌੜੀ ਵਿੱਚ ਕੀਤੀ ਆਓ ਅਸੀਂ ਅੱਜ ਗਿਆਨ ਖੰਡ ਦੀ ਆਖੋ ਕਰਮ ਗਿਆਨ ਖੰਡ ਵਿੱਚ ਕੀ ਹੁੰਦਾ ਕੇਤੇ ਪਵਨ ਪਾਣੀ ਬਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਕਾਰਤਕੜੀਆਂ ਰੂਪ ਰੰਗ ਕੇ ਵੇਸ਼ ਕਈ ਪ੍ਰਕਾਰ ਦੇ ਪਵਨ ਪਾਣੀ ਬਸੰਤਰ ਕਹਿੰਦੇ ਨੇ ਅਗਨ ਕੇਤੇ ਕਾਨ ਮਹੇਸ਼ ਕਿਤੇ ਕਿਤਨੇ ਬੜੇ ਅਸੀਂ ਸ਼ਿਵ ਦੇਖੇ ਕਿਤਨਾ ਕੁਝ ਦੇਖੇ ਪਰ ਕਿਤੇ ਕਿਤੇ ਬ੍ਰਹਮੇ ਕਾਰਤਕੜੀਆਂ ਰੂਪ ਰੰਗ ਕੇ ਵੇਸ਼ ਕਈ ਕਿਸਮ ਦੇ ਬ੍ਰਹਮੇ ਉਸ ਅਕਾਲਪੁਰਖ ਨੇ ਪੈਦਾ ਕੀਤੇ ਕਈ ਰੰਗ ਕਈ ਵੇਸ਼ ਕੀਤੇ ਕੀਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਬੁਝ ਉਸ ਅਕਾਲਪੁਰਖ ਦੀ ਬੇਨਤਾ ਦੇਖੋ ਕਿਤਨੇ ਪੇੜ ਪਰਬਤ ਮੇਰ ਕੇੰਨ ਪਰਬਤ ਕਿਤਨੇ ਮੇਰ ਪਰਬਤ ਬੇਨ ਤੂ ਭਗਤ ਕਿਤਨਾ ਕੁਝ ਹੋਇਆ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਲ ਕਿਤੇ ਕਿਤੇ ਦੇਵੀ ਵੇਸ ਕਿਤੇ ਇੰਦਰ ਹੋਏ ਕਿਤੇ ਹੋਏ ਬਹੁਤ ਸਾਰੇ ਕਿਤੇ ਚੰਦ ਸੂਰ ਕਿਤੇ ਹਨ ਅੱਜ ਸਾਇੰਸ ਇਸ ਗੱਲ ਦੀ ਸਟੱਡੀ ਕਰਦੀ ਫਿਰਦੀ ਹੈ ਗੁਰੂ ਜਾਨਕ ਸਾਹਿਬ ਜੀ ਨੇ ਕਿੰਨੀ ਦੇਰ ਪਹਿਲਾਂ 500 ਸਾਲ ਪਹਿਲਾਂ ਗੱਲ ਕੀਤੀ ਪਤਾਲਾਂ ਪਤਲ ਲਖ ਅਗਾਸਾਂ ਅਗਾਸ ਅੱਜ ਸਾਇੰਸ ਸਟੱਡੀ ਕਰਦੀ ਹੈ ਗੁਰੂ ਨਾਨਕ ਦੀਸ ਥਿਉਰੀ ਦੀ ਕਿ ਭਾਈ ਇਸ ਤੋਂ ਇਲਾਵਾ ਵੀ ਕਿਹਦੇ ਜੀਵਨ ਹੈ ਜੀ ਤੇ ਗੁਰੂਾਨਕ ਸਾਹਿਬ ਜੀ ਨੇ ਸਾਨੂੰ ਕਿਸੇ ਵੇਲੇ ਬਖਸ਼ਿਸ਼ ਕਰਕੇ ਗੱਲ ਸਮਝਾਈ ਕਿ ਕਿਤਨੇ ਹੀ ਬਈ ਤੇ ਇੰਦਰ ਉਹ ਕਿਤਨੇ ਹੀ ਸੂਰਜਨ ਕਿਤਨੇ ਹੀ ਮੰਡਲ ਕਿਉਂਕਿ ਇਸ ਸੰਸੋਰ ਮੰਡਲ ਵੀ ਦੇਖਦੇ ਆਂ ਜਿਸ ਧਰਤੀ ਵੀ ਅਸੀਂ ਰਹਨੇ ਆਂ ਸਾਨੂੰ ਇਹਦਾ ਗਿਆਨ ਪ੍ਰਾਪਤ ਹੋ ਸਕਦਾ ਹੈ ਸਾਇੰਸ ਨੂੰ ਫੀਲਡਾਂ ਵਿੱਚ ਕੰਮ ਕਰਦੀ ਪਈ ਹੈ ਤੇ ਗੁਰੂਾਨਕ ਸਾਹਿਬ ਜੀ ਨੇ ਕਿਸ ਸਾਨੂੰ ਉਸ ਜ਼ਮਾਨੇ ਵਿੱਚ ਵੀ ਇਹ ਗੱਲ ਸਮਝਾਈ ਜੋ ਰਹਿੰਦੀ ਦੁਨੀਆ ਤੱਕ ਸਾਨੂੰ ਇਹ ਗੱਲ ਰਹੇਗੀ ਅਖੀਰ ਦੇ ਵਿੱਚ ਗੁਰੂਾਨਕ ਸਾਹਿਬ ਜੀ ਨੇ ਸਾਨੂੰ ਵੀ ਗੱਲ ਜੋ ਗੱਲ ਦਸੀ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਨ ਕੀਤੀਆਂ ਸੁਰਤੀ ਸਿਵਕ ਤੇ ਨਾਨਕ ਅੰਤਨਾਦ ਭਾਈ ਇਹ ਗਿਆਨ ਜੇ ਤੂੰ ਗੁਰੂ ਅਨਸਾਰੀ ਹੋ ਕੇ ਹਾਸਲ ਕਰੇਗਾ ਤੈਨੂੰ ਉਸ ਪ੍ਰਭੂ ਪਰਮਾਤਮਾ ਦੀ ਰਚਨਾ ਵਿੱਚ ਰਹਿੰਦੇ ਹੋਏ ਉਸ ਪ੍ਰਭੂ ਪਰਮਾਤਮਾ ਦੇ ਗਿਆਨ ਦੇ ਨਾਲ ਤੂੰ ਪਰਮਾਤਮਾ ਦੇ ਉਸ ਗਿਆਨ ਨੂੰ ਹਾਸਲ ਕਰਨਾ ਹੈ ਤੇ ਜੇ ਤੂੰ ਇਸ ਦੀ ਇੱਕ ਕੁਦਰਤ ਦੇ ਵਿੱਚ ਰਹਿੰਦੇ ਹੋਏ ਉਹਦੇ ਨਾਲ ਮੁਕਾਬਲਾ ਕਰਨ ਲੱਗ ਪੋਵੇਂ ਤੇ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਅੰਤ ਵਿੱਚ ਫੈਸਲਾ ਕੀਤਾ ਕਿ ਤੇ ਨਾਨਕ ਅੰਤਨਾਦ ਦਾ ਕੋਈ ਅੰਤ ਨਹੀਂ ਹੈ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਇਸ ਬਾਣੀ ਵਿੱਚ ਜੋ ਬਖਸ਼ਾ ਕਰਕੇ ਗੁਰਨਾਨਕ ਸਾਹਿਬ ਜੀ ਨੇ ਸਾਨੂੰ ਗੱਲ ਸਮਝਾਈ ਕਿ ਉਸ ਪ੍ਰਭੂ ਪਰਮਾਤਮਾ ਦੀ ਰਜ਼ਾ ਵਿੱਚ ਰਹਿੰਦੇ ਹੋਏ ਉਸ ਮਾਲਕ ਦੀ ਰਜ਼ਾ ਵਿੱਚ ਰਹਿੰਦੇ ਹੋਏ ਅਸੀਂ ਉਸ ਪ੍ਰਭੂ ਅਨਸਾਰੀ ਉਸ ਅਕਾਲ ਪੁਰਖ ਦੀ ਬਾਣੀ ਅਨਸਾਰੀ ਹੋ ਕੇ ਜੀਵਨ ਨੂੰ گزارਣਾ ਹੈ ਨਾ ਕਿ ਅਸੀਂ ਮੁਕਾਬਲਾ ਕਰਕੇ گزارਣਾ ਅੱਜ ਜੋਰ ਲੱਗੀ ਹੋਈ ਹੈ ਨਾ ਕਿ ਮੁਕਾਬਲੇ ਵਿੱਚ ਜੀਵਨ ਜੀਵਨਾ ਅਸੀਂ ਇਸ ਤੋਂ ਜ਼ਿਆਦਾ ਸਿਆਣੇ ਹੋਣ ਬਣਨ ਨੂੰ ਬੰਦੇ ਆ ਜਿਨ੍ਹਾਂ ਚਿਰ ਅਸੀਂ ਗੁਰੂ ਅਨਸਾਰੀ ਹੋ ਕੇ ਜੀਵਨ ਨੂੰ گزارਦੇ ਆ ਗੁਰੂ ਅਨਸਾਰੀ ਹੋ ਕੇ ਰਹਿੰਦੇ ਆ ਤੇ ਸਾਨੂੰ ਪਰਮਾਤਮਾ ਦੀ ਜੋ ਬਖਸ਼ਿਸ਼ ਸਾਡੇ ਦੇ ਬੜੀ ਰਹਿੰਦੀ ਹੈ ਗਿਆਨ ਦਾ ਉਹ ਚਾਨਣ ਸਾਡੇ ਸੋਹਰ ਮੰਡਲ ਵਿੱਚ ਆ ਜਗਦਾ ਹੈ ਜਿਹੜੇ ਗਿਆਨ ਦਾ ਉਹ ਚਾਨ ਸਾਡੇ ਵਿੱਚ ਆ ਬਣਦਾ ਤੇ ਫਿਰ ਅਸੀਂ ਮਨੁੱਖਤਾ ਦੇ ਭਲੇ ਲਈ ਇਨਸਾਨੀਅਤ ਦੇ ਭਲੇ ਲਈ ਗੁਰੂ ਨਾਨਕ ਸਾਹਿਬ ਦੇ ਇਸ ਫਲਸਵੇ ਨੂੰ ਜਿਹੜੇ ਗੁਰੂ ਨਾਨਕ ਸਾਹਿਬ ਦੇ ਜੀਵਨ ਨੂੰ ਵਿਚਾਰਿਆ ਨਾਲ ਤੇ ਬਹੁਤ ਸਾਰੇ ਵਿਦਵਾਨਾਂ ਨੇ ਇਹ ਗੱਲ ਲਿਖੀ ਕਿ ਗੁਰੂ ਨਾਨਕ ਸਾਹਿਬ ਦੇ ਜੀਵਨ ਨੂੰ ਵਿਚਾਰ ਕੇ ਇਹ ਗੱਲ ਸਾਹਮਣੇ ਆਈ ਕਿ ਗੁਰੂ ਨਾਨਕ ਸਾਹਿਬ ਨੂੰ ਪ੍ਰੋਫਟ ਆਫ ਹਿਊਮੈਨਿਟੀ ਕਿਹਾ ਗਿਆ ਕਿ ਸਭ ਤੋਂ بڑا ਮਨੁੱਖਤਾ ਦਾ ਕੋਈ ਰਹਿਬਰ ਸੰਸਾਰ ਵਿੱਚ ਆਇਆ ਤੇ ਉਹ ਕੇਵਲ ਤੋਂ ਕੇਵਲ ਗੁਰੂ ਨਾਨਕ ਆਇਆ ਇਹ ਗੁਰੂ ਨਾਨਕ ਸਾਹਿਬ ਜੀ ਨੂੰ ਉਹਨਾਂ ਵਿਦਵਾਨਾਂ ਨੇ ਕਲਮ ਨੇ ਲਿਖਦੇ ਹੋਏ ਕੁੱਝ ਕਿਨਸਾਫਤੀਆਂ ਗੱਲਾਂ ਵੀ ਕੀਤੀਆਂ ਪਰ ਜੇ ਅਸੀਂ ਆਪਣੇ ਸ਼ਰੀਰ ਤਲਤੇ ਰਹਿੰਦੇ ਹੋਏ ਆਪਣੇ ਗਿਆਨ ਅਨੁਸਾਰ ਜੀਵਨ ਨੂੰ ਗੁਜ਼ਾਰਨ ਲੱਗਿਆ ਤੇ ਫਿਰ ਖਿਆਲ ਕਰਨਾ ਸਾਡਾ ਇਹ ਜੀਵਨ ਸੁਖਵੇਂ ਜੀਵਨ ਨਹੀਂ ਗੁਜ਼ਾਰ ਸਕਦਾ ਵਾਹਿਗੁਰੂ ਕਿਰਪਾ ਕਰੇ ਸਾਡੇ ਤੇ ਵੀ ਗੁਨਾਹਾਂਕ ਦੀ ਬਖਸ਼ਿਸ਼ ਬਣੀ ਰਵੇ ਗੁਨਾਹਾਂਕ ਦੀ ਬਖਸ਼ਿਸ਼ ਨਾਲ ਅਸੀਂ ਆਪਣੇ ਜੀਵਨ ਨੂੰ ਸਟੱਜੇ ਟੰਗਲ ਗੁਜ਼ਾਰ ਸਕੀਏ ਸਫਲ ਹੋ ਕੇ ਗੁਜ਼ਾਰ ਸਕੀਏ ਮੇਰੀਆਂ ਗਲਤੀਆਂ ਮੈਨੂੰ ਬਖਸ਼ ਲੈਣੀਆਂ ਜੀ ਪੁੱਛੋ ਕਿ ਖਿਮਾ ਕਰਨੀ ਪ੍ਰਬੰਧਕ ਵੀਰਾਂ ਦਾ ਸੋਚੀ ਸੰਗਤ ਦਾ ਤਨ ਤਨ ਸਾਈਬ ਜੀ ਗੁਰਗੰਸਾ ਜੀ ਕੋਟਾਨ ਕੋਟਨਵਾਦ ਹੈ ਜੋ ਆਪ ਜੀ ਸਮਾਂ ਬਖਸ਼ਦੇ ਹੋ ਆਪ ਆਪਣੀ ਤੁਸ਼ਬੁੱਧੀ ਅਨੁਸਾਰ ਆਪ ਜੀ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਦੇ ਆਂ ਜੇ ਖਿਮਾ ਕਰਦੇ ਹੋ ਤੇ ਗੱਜ-ਵੱਜ ਕੇ ਫਤਿਹ ਬਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ